ਗਿਆ ਜੁਗਿੰਦਰ ਸਿੰਘ ਅਗਰਾਹਾ ਜੀ ਦਾ ਘਰ ਲੇਕਿਨ ਇਹ ਇਸ ਘਰ ਚ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਉਹਨਾਂ ਦਾ ਪੁਰਾਣਾ ਘਰ ਦਿਖਾਵਾਂਗੇ ਜਿੱਥੇ ਉਹ ਬਚਪਨ ਉਹਨਾਂ ਦਾ ਬੀਤਿਆ ਆ ਜਿੱਥੇ ਉਹ ਸਾਰੇ ਭੈਣ ਭਰਾ ਰਹੇ ਨੇ ਸਟੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਦਾ ਤੇ રેਡੀ FM ਸੁਣਨ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਅਨੁਜਾ ਸ਼ਰਮਾ ਤੇ ਇਸਵਕ ਦੇਸ਼ ਪ੍ਰਦੇਸ਼ ਟੀਵੀ ਦੀ ਟੀਮ ਹੈ ਜਿਹੜੀ ਪਹੁੰਚੀ ਹੋਈ ਹੈ ਉਹ ਗਰਾਹਾ ਪਿੰਡ ਦੇ ਵਿੱਚ ਅਸੀਂ ਤੁਹਾਡੀ ਗੱਲਬਾਤ ਕਰਵਾਉਂਦੇ ਆ ਰਹੇ ਹਾਂ ਸਾਰੇ ਜਿਹੜੇ ਲੀਡਰਸ ਨੇ ਕਿਸਾਨੀ ਆਗੂ ਨੇ ਉਹਨਾਂ ਦੇ ਘਰਦਿਆਂ ਨਾਲ ਜਾਣੂ ਕਰਵਾ ਰਹੇ ਹਾਂ ਜਾਣ ਰਹੇ ਉਹਨਾਂ ਦਾ ਸਭਾ ਕੀ ਹੋਇਆ ਹੈਗਾ ਆ ਤੇ ਪਿੰਡ ਵਿੱਚ ਉਹਨਾਂ ਦਾ ਕਿਸ ਤਰੀਕੇ ਨਾਲ ਰਹਿਣ ਸਹਿਣ ਹੈਗਾ ਆ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਜੀ ਅਗਰਾਹਾ ਪਿੰਡ ਦੇ ਵਿੱਚ ਇਸ ਵਕਤ ਮੇਰੇ ਨਾਲ ਮੌਜੂਦ ਨੇ ਜੋਗਿੰਦਰ ਸਿੰਘ ਅਗਰਾਹਾ ਜੀ ਦੇ ਭਰਾ ਇਹਨਾਂ ਤੋਂ ਜਾਣਾਂਗੇ ਉਹਨਾਂ ਦਾ ਸਭਾ ਕੀ ਹੋਇਆ ਹੈ ਗਿਆ ਮਹਿੰਦਰ ਸਿੰਘ ਜੀ ਮੇਰੇ ਨਾਲ ਇੱਥੇ ਮੌਜੂਦ ਨੇ ਇਹਨਾਂ ਨਾਲ ਗੱਲ ਕਰਦੇ ਆ ਬਹੁਤ-ਬਹੁਤ ਸਵਾਗਤ ਮਹਿੰਦਰ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਿੰਦਰ ਜੀ ਦੇਖਿਆ ਜਾਵੇ ਤੁਸੀਂ ਬਚਪਨ ਤੋਂ ਅਗਰਾਹਾ ਜਿਹਦੇ ਨਾਲ ਹੋ ਅਗਰਾਹਾ ਜੀ ਨੂੰ ਦੇਖਦੇ ਆ ਰਹੇ ਹੋ ਕਿਦਾਂ ਦਾ ਲੱਗਦਾ ਆ ਕਿ ਇਸ ਵਕਤ ਇੰਨੀ ਵੱਡੀ ਕਮਾਂਡ ਦੇ ਵਿੱਚ ਟਿਕਰੀ ਬਾਰਡਰ ਤੇ ਉਹਨਾਂ ਨੇ ਆਪਣੀ ਕਮਾਂਡ ਸੰਭੀ ਹੋਈ ਹੈ ਇੰਨਾ ਵੱਡਾ ਜੱਥਾ ਨਾਲ ਜੋੜ ਕੇ ਬੈਠੇ ਹੋਏ ਨੇ ਸਵਾਗਤ ਹੈ ਜੀ ਉਹਨਾਂ ਦਾ ਵਧੀਆ ਜਿਹੜਾ ਹੁਣ ਲੋਕਾਂ ਦੀ ਖਾਤਰ ਲੜਾਈ ਲੜ ਰਹੇ ਨੇ ਜਿਹੜੇ ਟਿਕਰੀ ਬਾਰਡਰ ਤੇ ਬੈਠੇ ਨੇ ਜਿਹੜੇ ਸਰਕਾਰ ਨੇ ਤਨੇ ਕਾਨੂੰਨ ਬਣਾਏ ਨੇ ਉਹ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਉੱਥੇ ਬੈਠੇ ਨੇ ਉਹ ਤੇ ਮੈਂ ਉਹਨਾਂ ਨੂੰ ਸਮਝੋ ਭਾਲਿਆ ਮੰਗੂਆਂ ਪੜਾਇਆ ਨਾਲ ਹੀ ਰਿਆਂ ਸੁਭਾਉ ਵਧੀਆ ਤੇ ਕੰਮ ਕਰ ਰਹੇ ਨੇ ਲੋਕਾਂ ਦੀ ਖਾਤਰ ਉੱਥੇ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਉਹ ਉੱਥੇ ਬੈਠੇ ਕੰਮ ਕਰ ਰਹੇ ਨੇ ਬਾਪੂ ਜੀ ਤੁਸੀਂ ਦੇਖਦੇ ਹੋ ਕਿ ਇੰਨਾ ਵੱਡਾ ਇਕੱਠ ਉਹਨਾਂ ਨੇ ਉੱਥੇ ਇਕੱਠਾ ਕੀਤਾ ਹੋਇਆ ਆਪਣੇ ਨਾਲ ਤੁਹਾਨੂੰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈ ਉਹਨਾਂ ਉੱਤੇ ਕਿ ਕਿਸ ਤਰੀਕੇ ਨਾਲ ਉੱਥੇ ਡਟੇ ਬੈਠੇ ਨੇ ਮਾਨਤਾ ਜੀ ਮੈਨੂੰ ਵੀ ਬਹੁਤ ਮਹਿਸੂਸ ਹੁੰਦਾ ਹੈ ਮਾਨਤਾ ਇਹ ਸਾਡੇ ਸਾਰੇ ਪਿੰਡ ਨੂੰ ਬਹੁਤ ਜ਼ਿਆਦਾ ਹੈ ਜੀ ਸਾਰਾ ਪਿੰਡੀ ਉਹਨੂੰ ਸਾਥ ਦੇ ਰਿਹਾ ਹੈ ਜਿਹੜਾ ਲੋਕਾਂ ਦੀ ਲੜਾਈ ਲੜਦਾ ਹੈ ਲੋਕਾਂ ਨੂੰ ਸਮਝਾਇਆ ਹੈ ਲੋਕ ਉਹਦੇ ਨਾਲ ਨਾਲ ਲੋਕ ਲੜਾਈ ਲੜ ਰਹੇ ਨੇ ਆਪਦੇ ਹੱਕਾਂ ਦੀ ਖਾਤਰ ਉਹਨਾਂ ਨੇ ਦੱਸਿਆ ਆਕਾਂ ਦੀ ਖਾਤਰ ਲੜਾਈ ਲੜ ਰਹੇ ਉੱਤੇ ਲੜਦਾ ਤਾਂ ਉਹ ਬੈਠੇ ਨੇ ਤੁਸੀਂ ਇਸ ਵਕਤ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਅਸੀਂ ਤਾਂ ਉਸ ਨੂੰ ਇਸ ਤਰੀਕੇ ਨਾਲ ਦੇਖਦੇ ਆਂ ਵੀ ਕਿਸਾਨਾਂ ਦਾ ਹੱਕ ਹੈ ਕਿਸਾਨਾਂ ਨਾਲ ਵੀ ਲੜਾਈ ਲੜਨੀ ਹੈ ਲੜਾਈ ਲੜੇ ਬਗੈਰ ਸਾਡੇ ਜਿਹੜੇ ਕਾਲੇ ਕਾਨੂੰਨ ਨੇ ਰੱਦ ਨਹੀਂ ਹੋ ਸਕਦੇ ਇਹ ਸਾਨੂੰ ਲੜਾਈ ਲੜਨੀ ਪਊਗੀ ਸਾਡੀਆਂ ਜ਼ਮੀਨਾਂ ਬਚਾਉਣੀਆਂ ਤੇ ਸਾਡੀਆਂ ਇੱਜ਼ਤਾਂ ਬਚਾਉਣੀਆਂ ਇਸ ਪ੍ਰਬੰਧ ਨੂੰ ਦੰਗੇ ਪਾਸੇ ਲੈ ਜਾਣਾ ਸਮਾਜਵਾਦ ਵੱਲ ਲੈ ਜਾਣਾ ਸਾਡਾ ਨਿਸ਼ਾਨਾ ਹੈ ਤੇ ਇਸੇ ਨਾਲ ਮੇਰੇ ਨਾਲ ਇੱਕ ਹੋਰ ਪਿੰਡ ਵਾਸੀ ਮੌਜੂਦ ਨੇ ਇਹਨਾਂ ਇਹਨਾਂ ਨੇ ਉਗਰਾਹਾ ਸਾਹਿਬ ਨਾਲ ਕੰਮ ਵੀ ਕੀਤਾ ਹੋਇਆ ਆ ਤੁਸੀਂ ਉਗਰਾਹਾ ਜੀ ਨਾਲ ਕੰਮ ਵੀ ਕੀਤਾ ਆ ਤੁਹਾਨੂੰ ਉਹਨਾਂ ਨੇ ਬਹੁਤ ਵਾਰ ਤੁਹਾਡੇ ਨਾਲ ਮਿਲੇ ਵੀ ਨੇ ਤੁਹਾਡੇ ਨਾਲ ਉਹਨਾਂ ਨੇ ਬਹੁਤ ਸਾਂਝ ਰਹੀ ਆ ਤੁਹਾਡੀ ਕਿਸ ਤਰੀਕੇ ਨਾਲ ਤੁਹਾਡੀ ਇਹ ਸਾਂਝ ਪਈ ਸਾਂਝਤਾ ਜੀ ਮੈਂ ਇੱਕ ਮਜ਼ਦੂਰਾਂ ਦਾ ਰਟਕਾਂ ਜੀ ਤਾਂ ਜਗਿੰਦਰ ਬਾਰੇ ਤਾਂ ਮੈਂ ਉਸ ਨੂੰ ਹੀ ਕਹਿ ਸਕਦਾ ਕਿਉਂ ਨਹੀਂ ਕਹਿ ਸਕਦਾ ਉਹਨੇ ਸਾਨੂੰ ਜ਼ਿੰਦਗੀ ਬਖਸ਼ੀ ਹੈ ਤੇ ਮੈਂ ਕਿਸੇ ਸਮੇਂ ਦੇ ਵਿੱਚ ਨੌਜਵਾਨੀ ਦੇ ਵਿੱਚ ਆ ਕੇ ਮਤਲਬ ਕੋਈ ਆਤਮ ਹੱਤਿਆ ਲੱਗਿਆ ਕਰਨ ਪਰ ਉਸ ਬੰਦੇ ਨੇ ਮੈਨੂੰ ਮਤਲਬ ਜਿਹੜਾ ਮੈਂ ਬੈਠਾ ਜਾਂ ਮਤਲਬ ਤਿਆਰ ਕੀਤਾ ਅਸੀਂ ਅੱਜ ਮੁਕਤੀ ਮੋਰਚਾ ਚਲਾ ਰਹੇ ਹਾਂ ਪੰਜਾਬ ਜੀ ਸੰਗਰੂਰ ਜ਼ਿਲ੍ਹੇ ਦਾ ਮੈਂ ਮੀਤ ਪ੍ਰਧਾਨ ਹਾਂ ਪਟਿਆਲੇ ਜ਼ਿਲ੍ਹੇ ਦਾ ਸੀਨੀਅਰ ਪ੍ਰਧਾਨ ਹਾਂ ਤਾਂ ਇਹ ਜਗਿੰਦਰ ਸਿੰਘ ਦੀ ਦੇਣ ਹੈ ਅਸੀਂ ਉਹਦੇ ਨਾਲ ਜਿਵੇਂ ਇੱਕ 9 ਮਾਸ ਦਾ ਰਿਸ਼ਤਾ ਹੈ ਸਾਡਾ ਚੱਲਦਾ ਵੀ ਮੁੰਦੂਰ ਕਿਸਾਨ ਇਕਤਾ ਸਾਨੂੰ ਜਗਿੰਦਰ ਸਿੰਘ ਅਗਰਾਹ ਨੇ ਅਸੀਂ ਉਹਦੀ ਉਂਗਲੀ ਫੜ ਕੇ ਅੱਜ ਮਤਲਬ ਸਾਡਾ ਵੀ ਜਗਿੰਦਰ ਸਿੰਘ ਅਗਰਾਹ ਮੰਗੂ ਪੰਜਾਬ ਦੇ ਵਿੱਚ ਨੌ ਚੱਲਦਾ ਜਿਵੇਂ ਉਹਦਾ ਦੁਨੀਆਂ 'ਚ ਚੱਲਦਾ ਹੈ ਤੇ ਸਾਡਾ ਪੰਜਾਬ 'ਚ ਚੱਲਦਾ ਹੈ ਉਹਦੀ ਦੇਣ ਤੇ ਜਿਹੜੀ ਬੀਬੀਆਂ ਦੀ ਗੱਲ ਹੈ ਤਾਂ ਬੀਬੀਆਂ ਨੂੰ ਸਮਝਾਉਣਾ ਦੱਸਣਾ ਇਹ ਆਮ ਬੰਦੇ ਦੇ ਬਸ ਦਾ ਰੋਗ ਨਹੀਂ ਤਾਂ ਬੀਬੀਆਂ ਇੰਨੀਆਂ ਚੇਤਨ ਨੇ ਸਾਡੀਆਂ ਸੂਬੇ ਦੀਆਂ ਤਾਂ ਉਹ ਆਮ ਬੰਦੇ ਦੇ ਬਸ ਦਾ ਰੋਗ ਨਹੀਂ ਜਗਿੰਦਰ ਸਿੰਘ ਅਗਰਾਹੀਂ ਚਲਾ ਸਕਦੇ ਆ ਤੇ ਨਹੀਂ ਤਾਂ ਆਮ ਬੰਦੇ ਤਾਂ ਉੱਥੇ ਕਈ ਵਾਰੀ ਘਬਰਾ ਕੇ ਵੀ ਬੋਲ ਪੈਂਦੇ ਨੇ ਹੋਰ ਵੀ ਕਰ ਜਾਂਦੇ ਨੇ ਆਪ ਚ ਵੀ ਹੱਤ ਵੱਤ ਕਰ ਜਾਂਦੇ ਨੇ ਪਰ ਨਹੀਂ ਜਗਿੰਦਰ ਸਿੰਘ ਗਰਾਹਾ ਵਰਗਾ ਮੈਂ ਤਾਂ ਉਹਦੇ ਵਾਸਤੇ ਤਾਂ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਵੀ ਮੈਂ ਉਹਨੂੰ ਕਦੇ ਨਾ ਸਵਾਗਤ ਕਰਾਂ ਤੇ ਬੜਾ ਸਾਨੂੰ ਉਹਨੇ ਮਤਲਬ ਸਾਡੇ ਪਰਿਵਾਰ ਨੂੰ ਵੀ 6 ਭਰਾ ਅਸੀਂ 2 ਭੈਣਾਂ ਨੇ ਸਾਨੂੰ ਵਿਆਹ ਪਾਲਿਆ ਪਰ ਹਰ ਵਕਤ ਉਹ ਮਜ਼ਦੂਰ ਕਿਸਾਨ ਦੇ ਹੱਕ ਦੇ ਵਿੱਚ ਮਤਲਬ ਖੜਦਾ ਹੈ ਅੱਜ ਵੀ ਉਹ ਲੜਾਈ ਲੜ ਰਿਹਾ ਹੈ ਉਹਦੇ ਨਾਲ ਖੜਿਆ ਮੋਢੇ ਨਾਲ ਮੋਢਾ ਲਾ ਕੇ ਮਜ਼ਦੂਰਾਂ ਵੱਲੋਂ ਤੇ ਜਦੋਂ ਵੀ ਕੋਈ ਕਾਲ ਆਉਂਦੀ ਹੈ ਉਹ ਦੀ ਉੱਥੇ ਦਿੱਲੀ ਨੂੰ ਜਾਂਦੇ ਆ ਤੇ ਹਰ ਵਕਤ ਉਹਦੇ ਮਤਲਬ ਅਸੀਂ ਉਹਦੇ ਰਣੀ ਆ ਤੇ ਬਾਕੀ ਪਿੰਡ ਦੀ ਤੁਸੀਂ ਇਕੱਲੇ ਪਿੰਡ ਦੀ ਗੱਲ ਨਾ ਕਰੋ ਤੁਸੀਂ ਪੰਜਾਬ ਦੀ ਗੱਲ ਕਰੋ ਸਾਰੇ ਦਾ ਸਾਰਾ ਪੰਜਾਬ ਅੱਜ ਮਤਲਬ ਜਗਿੰਦਰ ਸਿੰਘ ਪ੍ਰਧਾਨ ਦੇ ਮਤਲਬ ਮੰਗਰ ਹੈ ਜੇ ਕੋਈ ਬੰਦਾ ਇਹ ਸੋਚੇ ਵੀ ਨਹੀਂ ਜਿਹੜੀ ਉਹਨੇ ਥੋ ਕਾਲ ਕਰਤੀ ਤਾਂ ਉਹ ਚਾਹੇ ਖੂਹ ਹੈ ਚਾਹੇ ਟੋਬਾ ਹੈ ਉਹਦੇ ਵਿੱਚ ਜਾ ਕੇ ਅਸੀਂ ਡਿੱਗਾਂਗੇ ਕਿਉਂ ਡਿੱਗਾਂਗੇ ਸਾਨੂੰ ਪਤਾ ਹੈ ਵੀ ਉਹ ਚੰਗੇ ਪਾਸੇ ਲਜਾਊਗਾ ਤਾਂ ਮਾੜੇ ਪਾਸੇ ਨੂੰ ਲਜਾਊ ਸਾਨੂੰ ਗੱਲ ਰਹੀ ਜ਼ਮੀਨਾਂ ਦੀ ਤਾ ਜਮੀਨਾ ਬਾਰੇ ਵੀ ਜੇ ਉਹ ਪੜ੍ਹੇ ਲਿਖੇ ਨੇ ਜਾਂ ਉਹਨਾਂ ਨੂੰ ਸੂਝ ਤੀ ਤਾਂ ਲੋਕ ਅਸੀਂ ਲਾਮਬੰਦ ਕੀਤੇ ਨੇ ਤਾਂ ਮਤਲਬ ਉਹ ਸੰਘਰਸ਼ ਚੱਲਿਆ ਤੇ ਨਹੀਂ ਤਾਂ ਮਤਲਬ ਕਈ ਤਾਂ ਲੋਕ ਕਹਿੰਦੇ ਹੁੰਦੇ ਵੀ ਇਹ ਤਾਂ ਜੀ ਹੁੰਦਾ ਨਹੀਂ ਇਹ ਕਿਵੇਂ ਹੋ ਜੂਗਾ ਸਰਕਾਰਾਂ ਬਹੁਤ ਕੁਝ ਕਰਦੀਆਂ ਨੇ ਪਰ ਅੱਜ ਸਰਕਾਰ ਦੇ ਗੋਡੇ ਟਿਕਾਏ ਹੋਏ ਨੇ ਸਾਡੇ 40 ਕਿਸਾਨਾਂ ਨੇ ਤੇ ਮਜ਼ਦੂਰ ਜਥੇਬੰਦੀਆਂ ਨੇ ਤੇ ਐਦੂੰ ਵੱਧ ਮੈਂ ਜਗਿੰਦਰ ਸਿੰਘ ਅਗਰਾਹਾਂ ਨੂੰ ਕੁਝ ਨਹੀਂ ਕਹਿ ਸਕਦਾ ਉਹਨੂੰ ਸਲਾਮ ਹੈ ਮੇਰੀ ਲੱਖ ਵਾਰੀ ਪਰ ਅਸੀਂ ਕਹਿੰਦੇ ਵੀ ਜਗਿੰਦਰ ਸਿੰਘ ਅਗਰਾਹਾ ਵਰਗੇ ਜੇ 100 200 ਬੰਦਾ ਪੰਜਾਬ ਦੇ ਵਿੱਚ ਹੋਵੇ ਤਾਂ ਇਥੇ ਮਤਲਬ ਆ ਗੰਦੀਆਂ ਸਰਕਾਰਾਂ ਮਾੜੀਆਂ ਸਰਕਾਰਾਂ ਜਿਹੜੀਆਂ ਸਾਨੂੰ ਲੁੱਟ ਕੇ ਖਾ ਗਈਆਂ ਮਜ਼ਦੂਰਾਂ ਕਿਸਾਨਾਂ ਨੂੰ ਤੇ ਇਹ ਹੁਣ ਅਸੀਂ ਇਹਨਾਂ ਤੇ ਬਾਲਾ ਨਹੀਂ ਡਿੱਕਦੇ ਅਸੀਂ ਮਤਲਬ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ 'ਚ ਵੀ ਅਸੀਂ ਇਹਨਾਂ ਦੇ ਕੋਡੇ ਟਿਕਿਆਵਾਂਗੇ ਤੇ ਬਾਪੂ ਜੀ ਕਿੰਨੇ ਕ ਲੋਕ ਇਸ ਪਿੰਡ ਤੋਂ ਟਿਕਰੀ ਬਾਰਡਰ ਤੇ ਜਾ ਕੇ ਬੈਠੇ ਹੋਏ ਨੇ ਇੱਥੋਂ ਜੀ ਦੋ ਤਾ ਬੱਸਾਂ ਗਈਆਂ ਹੋਈਆਂ ਨੇ ਮਾਈਆਂ ਦੀਆਂ ਜੀ ਤੇ ਬਾਕੀ ਸਾਡਾ ਖਿਆਲ ਹੈ ਵੀ ਇੱਥੋਂ 400 500 ਬੰਦਾ ਗਿਆ ਹੋਇਆ ਹੈ ਜੀ ਤੇ ਵਾਰੀਆਂ ਕਿਸ ਤਰੀਕੇ ਨਾਲ ਬੰਨੀਆਂ ਹੋਈਆਂ ਨੇ ਵਾਰੀਆਂ ਸਾਡੀਆਂ ਬੰਨੀਆਂ ਹੋਈਆਂ ਨੇ ਇੱਕ ਵਾਰਡ ਤੋਂ 5 ਬੰਦੇ ਸਾਡੇ ਬੰਨੇ ਹੋਏ ਨੇ ਜੀ ਸਾਡੇ ਵਾਰਡ ਨੇ 10 10 ਨੇ 11 9 9 ਨੇ 9 ਵਾਰਡ ਤੋਂ ਸਾਡੇ ਇੱਕ ਵਾਰਡ ਤੋਂ 5 ਬੰਦੇ ਬੰਨੇ ਹੋਏ ਨੇ ਵੀ ਪੰਜ ਬੰਦੇ ਇੱਕ ਵਾਰ ਤੋਂ ਵਾਸੀ ਰਜਨਾ ਜਾਣੀ ਨੇ ਤੇ ਤੁਸੀਂ ਬਚਪਨ ਤੋਂ ਉਗਰਾਹਾ ਜੀ ਦੇ ਨਾਲ ਉਹ ਜੇਕਰ ਤੁਸੀਂ ਕੁਝ ਸ਼ਬਦਾਂ ਦੇ ਵਿੱਚ ਉਗਰਾਹਾ ਜੀ ਨੂੰ ਬਿਆਨ ਕਰਨਾ ਹੋਵੇ ਤਾਂ ਤੁਸੀਂ ਕੀ ਕਹੋਗੇ ਉਹਨਾਂ ਦੇ ਬਾਰੇ ਕਿਹੇ ਤਰ੍ਹਾਂ ਜੀ ਕਿ ਤੁਸੀਂ ਉਗਰਾਹਾ ਜੀ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜਿਸ ਤਰੀਕੇ ਨਾਲ ਉਹ ਉਹਨਾਂ ਦੀ ਸਭਾ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜਿਸ ਤਰੀਕੇ ਨਾਲ ਉਹ ਬੈਠੇ ਹੋਏ ਨੇ ਕਿਸ ਤਰੀਕੇ ਨਾਲ ਬਿਆਨ ਕਰਦੇ ਹੋ ਉਹਨਾਂ ਨੂੰ ਅਸੀਂ ਤਾਂ ਉਹਨਾਂ ਨੂੰ ਇਹ ਦੇਖਦੇ ਆਂ ਵੀ ਲੋਕਹਿਤਾਂ ਦੀ ਖਾਤਰ ਲੋਕਾਂ ਦੀ ਖਾਤਰ ਆਪਣੀ ਜਾਨ ਦੀ ਬਲੀ ਦੇਣ ਨੂੰ ਤਿਆਰ ਨੇ ਉਹ ਉਹ ਜਿਵੇਂ ਭਗਤ ਸਿੰਘ ਕਰਤਾਰ ਸਰਾਬੇ ਉਹ ਨਹੀਂ ਸਾਰੇ ਕੁਛ ਇਸ ਤਰ੍ਹਾਂ ਉਹ ਵੀ ਬੈਠੇ ਨੇ ਉਹ ਵੀ ਲੋਕਾਂ ਦੀ ਖਾਤਰ ਲੋਕਾਂ ਦੀ ਸੇਵਾਵਾਦ ਤੇ ਇਹ ਸੰਘਰਸ਼ ਨੂੰ ਜਿੱਤ ਵੱਲ ਲੈ ਜਾਣ ਵਾਸਤੇ ਲੋਕਾਂ ਦੇ ਦੁੱਖਾਂ ਸੁੱਖਾਂ ਨੂੰ ਦੂਰ ਕਰਨ ਵਾਸਤੇ ਬੈਠੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਇਹ ਸੀਗੇ ਜੋਗਿੰਦਰ ਸਿੰਘ ਉਗਰਾਹਾ ਜੀ ਦੇ ਪਰਾ ਮਹਿੰਦਰ ਸਿੰਘ ਜੀ ਤੇ ਇਸੇ ਤਰੀਕੇ ਨਾਲ ਪਰਿਵਾਰ ਨਾਲ ਵੀ ਤੁਹਾਡੀ ਗੱਲ ਕਰਵਾਵਾਂਗੇ ਉਹਨਾਂ ਤੋਂ ਵੀ ਉਹਨਾਂ ਦੇ ਸੁਭਾਅ ਬਾਰੇ ਜਾਣਾਂਗੇ ਤੇ ਕਿਸ ਤਰੀਕੇ ਨਾਲ ਇੰਨਾ ਸਾਰਾ ਜਿਹੜਾ ਕਿਸਾਨਾਂ ਵਾਸਤੇ ਕੰਮ ਜੋਗਿੰਦਰ ਸਿੰਘ ਉਗਰਾਹਾ ਜੀ ਨੇ ਕੀਤਾ ਆ ਉਹਦੇ ਬਾਰੇ ਸਾਰੀ ਕਹਾਣੀਆਂ ਜਾਣਾਂਗੇ ਇਹ ਅਸੀਂ ਪਹੁੰਚ ਗਏ ਆ ਜੀ ਜੋਗਿੰਦਰ ਸਿੰਘ ਅਗਰਾਹਾ ਜੀ ਦੇ ਘਰ ਤੁਹਾਡੀ ਗੱਲਬਾਤ ਅਸੀਂ ਹੁਣ ਕਹਿ ਹੁਣੇ ਕਰਵਾਈ ਸੀਗੀ ਪਿੰਡ ਵਾਸੀਆਂ ਨਾਲ ਉਹਨਾਂ ਦੇ ਵੱਡੇ ਭਰਾ ਦੇ ਨਾਲ ਹੁਣ ਅਸੀਂ ਪਹੁੰਚ ਚੁੱਕੇ ਆ ਜੋਗਿੰਦਰ ਸਿੰਘ ਅਗਰਾਹਾ ਜੀ ਦੇ ਘਰ ਇਹ ਹੈਗਾ ਆ ਜੋਗਿੰਦਰ ਸਿੰਘ ਅਗਰਾਹਾ ਜੀ ਦਾ ਘਰ ਲੇਕਿਨ ਇਹੇ ਇਸ ਘਰ ਚ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਉਹਨਾਂ ਦਾ ਪੁਰਾਣਾ ਘਰ ਦਿਖਾਵਾਂਗੇ ਜਿੱਥੇ ਉਹ ਬਚਪਨ ਉਹਨਾਂ ਦਾ ਬੀਤਿਆ ਆ ਜਿੱਥੇ ਉਹ ਸਾਰੇ ਭੈਣ ਭਰਾ ਰਹੇ ਨੇ ਇਹੇ ਤੁਸੀਂ ਦੇਖ ਸਕਦੇ ਹੋ ਇਹ ਉਹਨਾਂ ਦਾ ਕੱਚਾ ਘਰ ਹੈ ਜਿੱਥੇ ਉਹ ਪਹਿਲਾਂ ਰਹੇ ਨੇ ਉਹ ਜਿਹੜਾ ਨਵਾਂ ਘਰ ਹੈ ਉਹਨਾਂ ਨੇ ਹੁਣੇ-ਹੁਣੇ ਬਣਾਉਣਾ ਸ਼ੁਰੂ ਕੀਤਾ ਹੈ ਲੇਕਿਨ ਇਹ ਘਰ ਹੈ ਜਿੱਥੇ ਉਹਨਾਂ ਨੇ ਆਪਣਾ ਬਚਪਨ ਖੇਡਿਆ ਆ ਬਚਪਨ ਦੇ ਉਹ ਸਾਰੇ ਪਲ ਬਿਤਾਏ ਨੇ ਇਸ ਵਕਤ ਇਸ ਘਰ ਦੇ ਵਿੱਚ ਇਹਨਾਂ ਨੇ ਸਿਰਫ ਥੋੜੀ-ਬਹੁਤ ਖੇਤੀ ਕੀਤੀ ਹੋਈ ਹੈ ਇੱਥੇ ਥੋੜਾ ਆਪਣਾ ਸਮਾਨ ਰੱਖਿਆ ਹੋਇਆ ਹੈ ਲੇਕਿਨ ਹੁਣ ਇਹ ਆਪਣੇ ਨਵੇਂ ਘਰ ਦੇ ਵਿੱਚ ਜਾ ਚੁੱਕੇ ਨੇ ਉਹ ਘਰ ਜਿਹੜਾ ਨਵਾਂ ਬਣ ਰਿਹਾ ਹੈ ਲੇਕਿਨ ਹਜੇ ਵੀ ਉਹਦੇ ਵਿੱਚ ਵੀ ਜਿਹੜਾ ਫਰਸ਼ ਹੈਗਾ ਆ ਉਹ ਕੱਚਾ ਹੈਗਾ ਆ ਤੁਸੀਂ ਦੇਖ ਸਕਦੇ ਹੋ ਕਿ ਘਰ ਨੂੰ ਕਿਸ ਤਰੀਕੇ ਨਾਲ ਬਣਾਇਆ ਗਿਆ ਸੀਗਾ ਪੁਰਾਣਾ ਘਰ ਹੈ ਤੁਸੀਂ ਇਹਨੂੰ ਦੇਖ ਸਕਦੇ ਹੋ ਕਿ ਇਹਦੇ ਅੰਦਰ ਦਾ ਫਰਨੀਚਰ ਕਿ ਹੋ ਜਾਇਆ ਹੈਗਾ 인ਫਰਾਸਟਰਕਚਰ ਕਿ ਹੋ ਜਾਇਆ ਹੈਗਾ ਆ ਕੀ ਕੀ ਚੀਜ਼ਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਰਹੀਆਂ ਐ ਬਹੁਤ ਪੁਰਾਣਾ ਘਰ ਐ ਜਿਹੜੀ ਛੱਤ ਹੈਗੀ ਐ ਉਹ ਵੀ ਕੱਚੀ ਐ ਸਿਰਫ ਔਰ ਸਿਰਫ ਜਿਹੜੀਆਂ ਸਰੀਏ ਹੁੰਦੇ ਆ ਰੌਡ ਹੁੰਦੀ ਐ ਲੋਹੇ ਦੀ ਉਹਨੂੰ ਪਾ ਕੇ ਇਹਨੂੰ ਰੱਖਿਆ ਗਿਆ ਆ ਇੱਥੇ ਜੋਗਿੰਦਰ ਸਿੰਘ ਉਗਰਾਹਾ ਜੀ ਦਾ ਬਚਪਨ ਬੀਤੇ ਆਇਆ ਤੁਸੀਂ ਜਿੱਥੇ ਤੁਸੀਂ ਅੱਜ ਜਾਣਦੇ ਹੋ ਅੰਦੋਲਨ ਦੇ ਨਾਮ ਤੋਂ ਜੋਗਿੰਦਰ ਸਿੰਘ ਉਗਰਾਹਾ ਜੀ ਨੂੰ ਜਾਣਿਆ ਜਾਂਦਾ ਆ ਕਿ ਜਿਹੜਾ ਅੰਦੋਲਨ ਹੈਗਾ ਕਿਸਾਨਾਂ ਦਾ ਉਹਨੂੰ ਸਾਹਮਣੇ ਬੈਠੇ ਨੇ ਟਿਕਰੀ ਬਾਰਡਰ ਦਾ ਮੋਰਚਾ ਸਾਹਮਣੇ ਬੈਠੇ ਨੇ ਉਹਨਾਂ ਦਾ ਬਚਪਨ ਇੱਥੇ ਬੀਤੇ ਆ ਹੈਗਾ ਆ ਉਹਨਾਂ ਦੇ ਭਰਾਵਾਂ ਦੇ ਨਾਲ ਇਹ ਘਰ ਸਾਂਝਾ ਆ ਸਾਰੇ ਭਰਾਵਾਂ ਦਾ ਸਾਂਝਾ ਆ ਹੁਣ ਤੁਹਾਨੂੰ ਲੈ ਕੇ ਚਲਦੇ ਹਾਂ ਆਪਾਂ ਉਹਨਾਂ ਦੇ ਘਰ ਜਿਸ ਘਰ ਦੇ ਵਿੱਚ ਉਹ ਹੁਣ ਰਹਿ ਰਹੇ ਨੇ ਉਹਨਾਂ ਦੇ ਘਰ ਦੇ ਮੈਂਬਰਸ ਨਾਲ ਤੁਹਾਨੂੰ ਮਿਲਵਾਵਾਂਗੇ ਉਹਨਾਂ ਦੇ ਨਾਲ ਮਿਲਵਾਵਾਂਗੇ ਕਿਸ ਤਰੀਕੇ ਨਾਲ ਰਹਿੰਦੇ ਨੇ ਕੀ ਕੀ ਕਰਦੇ ਨੇ ਕਿਸ ਤਰੀਕੇ ਨਾਲ ਆਪਣੇ ਘਰਦਿਆਂ ਨਾਲ ਸਾਰਾ ਸਮਾਂ ਬਤਾਉਂਦੇ ਨੇ ਉਹਨਾਂ ਦੀਆਂ ਦੋ ਬੇਟੀਆਂ ਨੇ ਉਹਨਾਂ ਨਾਲ ਵੀ ਮਿਲਵਾਵਾਂਗੇ ਦੋਤੇ ਨੇ ਉਹਨਾਂ ਨਾਲ ਵੀ ਮਿਲਵਾਵਾਂਗੇ ਜਿਹੜੇ ਉਹਨਾਂ ਦੇ ਦਮਾਦ ਨੇ ਉਹਨਾਂ ਨਾਲ ਵੀ ਇੱਥੇ ਮਿਲਵਾਵਾਂਗੇ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਵਿੱਚ ਆ ਚੁੱਕੇ ਹਾਂ ਪਹਿਲਾਂ ਆਪਾਂ ਤੁਹਾਨੂੰ ਮਿਲਵਾਵਾਂਗੇ ਜੋਗਿੰਦਰ ਸਿੰਘ ਉਹ ਗਰਾਹਾ ਜੀ ਦੇ ਨਾਲ ਇਹੀ ਹੈਗਾ ਆ ਜੀ ਜੋਗਿੰਦਰ ਸਿੰਘ ਉਹ ਗ੍ਰਾਹਕ ਜੀ ਦਾ ਕਮਰਾ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਉਹ ਗ੍ਰਾਹਕ ਸਾਹਿਬ ਪਹਿਲਾਂ ਕਰਦੇ ਆ ਇਹਨਾਂ ਦਾ ਬਹੁਤ ਬਹੁਤ ਸਵਾਗਤ ਧੰਨਵਾਦ ਉਗਰਾਹਾ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਇਹ ਉਗਰਾਹਾ ਸਾਹਿਬ ਦਾ ਕਮਰਾ ਹੈਗਾ ਆ ਇੱਥੇ ਉਗਰਾਹਾ ਜੀ ਰਹਿੰਦੇ ਨੇ ਇੱਥੋਂ ਹੀ ਉਹ ਆਪਣਾ ਕੰਮ ਕਰਨਾ ਵੀ ਪਸੰਦ ਕਰਦੇ ਨੇ ਤੇ ਅਜੇ ਹੀ ਮਾਹੌਲ ਦੇ ਵਿੱਚ ਉਹ ਰਹਿੰਦੇ ਨੇ ਤੇ ਜਿਹੜੀਆਂ ਖਬਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜ਼ਮੀਨ ਦੇ ਨਾਲ ਜੁੜੇ ਹੋਏ ਨੇ ਕੋਈ ਇੱਥੇ ਤੁਹਾਨੂੰ ਟੈਕਨੋਲੋਜੀ ਨਾਲ ਭਰੀ ਹੋਈ ਚੀਜ਼ ਨਹੀਂ ਮਿਲੇਗੀ ਬਸ ਇੱਕ ਰੇਡੀਓ ਜ਼ਰੂਰ ਇੱਥੇ ਮਿਲੇਗਾ ਜਿਹਦੇ ਵਿੱਚ ਉਹ ਖਬਰਾਂ ਸੁਣਨੀਆਂ ਪਸੰਦ ਕਰਦੇ ਨੇ ਇਹ ਉਹ ਰੇਡੀਓ ਆ ਜਿਹਦੇ ਵਿੱਚ ਜੋਗਿੰਦਰ ਸਿੰਘ ਗਰਾਹਾ ਜੀ ਅਲਬਸੰਘੇਸ ਮਾਮਲੇ ਕੇ ਮੰਤਰੀ ਮੁਖ्तार अब्बास नकਵੀ ਨੇ ਕਿਹਾ ਹੈ ਕਿ 75 ਹਫ਼ਤੇ ਤੱਕ ਚੱਲਣ ਵਾਲੇ ਅਮਰਤ ਇਹ ਉਹ ਰੇਡੀਓ ਆ ਜਿਹਦੇ ਵਿੱਚ ਜੋਗਿੰਦਰ ਸਿੰਘ ਗਰਾਹਾ ਜੀ ਖਬਰਾਂ ਸੁਣਨੀਆਂ ਪਸੰਦ ਕਰਦੇ ਨੇ ਲੇਕਿਨ ਮੈਨੂੰ ਆ ਵੀ ਪਤਾ ਚੱਲਿਆ ਕਿ ਗਰਾਹਾ ਸਾਹਿਬ ਨੂੰ ਸੰਗੀਤ ਦਾ ਵੀ ਬਹੁਤ ਜ਼ਿਆਦਾ ਸ਼ੌਕ ਹੈ ਕਿੰਨਾ ਕੁ ਰੇਡੀਓ ਦੇ ਵਿੱਚ ਖਬਰਾਂ ਤੋਂ ਇਲਾਵਾ ਸੰਗੀਤ ਵੀ ਸੁਣਿਆ ਜਾਂਦਾ ਆ ਸਿੰਗੀਤਾਂ ਬੈਸਿਕ ਔਕਤ ਹੈ ਪਰ ਹਿੰਦੀ ਗਾਣੇ ਜਿਹੜੇ ਪਹਿਲੇ ਪੁਰਾਣੇ ਗਾਣੇ ਹੁੰਦੇ ਸੀ ਮੁਹੰਮਦ ਰਫੀਰ ਉਹ ਤਗੇ ਲੱਗਦੇ ਸੀ ਤੇ ਇਸੇ ਤਰੀਕੇ ਨਾਲ ਮੈਂ ਤੁਹਾਡ ਤੋਂ ਨਾ ਇੱਕ ਹੋਰ ਸਵਾਲ ਪੁੱਛਦੀ ਆ ਕਿ ਜਿਸ ਤਰੀਕੇ ਨਾਲ ਅੱਜ ਦੀ ਜਿਹੜੀ ਪੀੜ੍ਹੀ ਆ ਉਹ ਟੈਕਨੋਲੋਜੀ ਦੇ ਵਿੱਚ ਬੜੀ ਉਲਝੀ ਜਾਂਦੀ ਪਈ ਆ ਉਹਦੇ ਬਾਰੇ ਤੁਸੀਂ ਕੀ ਦੇਖਦੇ ਹੋ ਕਿਸ ਤਰੀਕੇ ਦੀ ਇਹ ਟੈਕਨੋਲੋਜੀ ਕੀ ਇਹ ਲੋਕਾਂ ਨੂੰ ਫਾਇਦਾ ਦੇ ਰਹੀ ਆ ਦੇਖੋ ਇਹ ਤਾਂ سرمایہਦਾਰਾਂ ਦਾ ਫਲੈ ਹੋਇਆ ਜਾਲ ਹੈ ਉਹ ਜਾਲ ਦੇ ਵਿੱਚ ਲੋਕਾਂ ਨੂੰ ਫਸਾ ਕੇ ਰੱਖਣਾ ਜਿਹੜੀ ਨਵੀਂ ਤਕਨੀਕ ਆ ਉਹ ਸਮਾਨ ਵੇਚਣਾ ਉਹਨਾਂ ਨੂੰ ਲੋਕਾਂ ਤੱਕ ਇਹ ਲੋਕਾਂ ਦੀ ਜੇਬ ਵਿੱਚ ਕਿਰਤੀਆਂ ਦੀ ਜੇਬ ਵਿੱਚ ਪੈਸਾ ਛੱਡਣਾ ਕਦੇ ਮੋਬਾਈਲ ਆ ਕੇ ਟੈਲੀਵਿਜ਼ਨ ਆ ਕੇ ਇਹ ਜ਼ਬਰਦਸਤੀ ਘਰੇ ਮੜੇ ਹੋਏ ਨੇ ਸਾਡੇ ਇਹ ਪਹਿਲਾਂ ਇਹਨਾਂ ਦੀ ਲੋੜ ਨਹੀਂ ਸੀ ਆ ਰੇਡੀਓ ਦੇ ਵਿੱਚ ਸਾਰਾ ਕੁਝ ਖਬਰਾਂ ਖਬਰਾਂ ਆ ਜਾਂਦੀਆਂ ਨੇ ਸੰਸਾਰ ਜੀ ਕੀ ਹੋ ਰਿਹਾ ਤਾਂ ਪਤਾ ਲੱਗਦਾ ਪਰ ਟੈਲੀਵਿਜ਼ਨ ਜਿਹੜਾ ਉਹ ਜਿੱਥੇ ਨਿਗਾਹ ਖਰਾਬ ਕਰਦਾ ਉਹਦੇ ਵਿੱਚ ਅਸ਼ਲੀਲ ਹਰਕਤਾਂ ਅਸ਼ਲੀਲ ਗੱਲਾਂ ਜਿਹੜੀਆਂ ਕਿ ਮਾਂ ਮਾਂ ਪਿਓ ਤੇ ਧੀ ਨਹੀਂ ਬੈਠ ਕੇ ਦੇਖ ਸਕਦੇ ਭੈਣ ਤੇ ਭਰਾ ਨਹੀਂ ਇਕੱਠੇ ਬੈਠ ਕੇ ਦੇਖ ਸਕਦੇ ਉਹਦੇ ਵਿੱਚ ਇੰਨਾ ਅਸ਼ਲੀਲ ਹੈ ਬਣਾਇਆ ਜਿਹੜਾ ਮਤਲਬ ਪਰਿਵਾਰ ਦੇ ਵਿੱਚ ਜਿਹੜਾ ਉਹ ਬਰਦਾਸ਼ਤ ਨਹੀਂ ਹੁੰਦਾ ਇਸ ਕਰਕੇ ਮੈਂ ਉਹ ਤਾਂ ਨਹੀਂ ਕਰ ਤੀ ਤੁਹਾਨੂੰ ਆਪਣੇ ਕਰਦੇਆਂ ਨਾਲ ਸਮਾਂ ਬਿਤਾਣਾ ਕਿ ਇਦਾਂ ਪਸੰਦ ਹੈਗਾ ਤੁਸੀਂ ਅੱਜ ਘਰ ਦੇ ਵਿੱਚ ਉਹ ਬੜੀ ਮੁਸ਼ਕਿਲ ਆਸੀ ਤੁਹਾਨੂੰ ਬੁਲਾਇਆ ਆ ਘਰ ਦੇ ਵਿੱਚ ਤੁਸੀਂ ਤਾਂ ਬਾਰੋਂ ਬਾਰ ਰੈਲੀ ਕਰਕੇ ਵਾਪਸ ਬਾਰਡਰ ਤੇ ਚੱਲੇ ਸੀਗੇ ਤੁਸੀਂ ਕਰਦੇਆਂ ਨੂੰ ਸਮਾਂ ਦੇਣਾ ਕਿੱਦਾਂ ਮੈਨੇਜ ਕਰਦੇ ਹੋ ਕਰਦੇਆਂ ਨੂੰ ਲੋਡ ਮੁਤਾਬਕ ਸਮਾਂ ਦਿੰਨੇ ਆ ਬੈਣੇ ਵੀ ਆ ਇਕੱਠੇ ਹੋ ਕੇ ਬੈਠਦੇ ਆ ਰੋਟੀ ਖਾ ਕੇ ਬੈਹ ਜਿੰਨੇ ਜਦੋਂ ਲੋਡ ਹੁੰਦੀ ਆ ਉਹਦੇ ਲੋਡ ਤੋਂ ਬਾਅਦ ਤਾਂ ਸਮਾਂ ਦਿੱਤੇ ਨਹੀਂ ਜਾਂਦਾ ਤੇ ਆਓ ਆਓ ਤੁਹਾਡੇ ਪਰਿਵਾਰ ਦੇ ਨਾਲ ਵੀ ਬੈੰਨੇ ਆ ਕਿ ਕਿਸ ਤਰੀਕੇ ਨਾਲ ਤੁਸੀਂ ਪਰਿਵਾਰ ਦੇ ਵਿੱਚ ਵੀ ਆਪਣਾ ਸਮਾਂ ਬਿਤਾਉਂਦੇ ਹੋ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਹੋਰ ਜਾਣਾਂਗੇ ਕਿ ਸਭਾ ਕਿਹੋ ਜਿਹਾ ਹੈਗਾ ਉਹ ਗ੍ਰਾਹਾਂ ਸਾਹਿਬ ਦਾ ਤੇ ਇਹ ਇਹਨਾਂ ਦੇ ਇੱਥੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਮੌਜੂਦ ਨੇ ਇਸ ਵਕ ਮੇਰੇ ਨਾਲ ਉਹਨਾਂ ਦੀ ਛੋਟੀ ਬੇਟੀ ਮੌਜੂਦ ਆ ਪਹਿਲੇ ਉਹਨਾਂ ਦਾ ਸਵਾਗਤ ਕਰਦੇ ਆ ਬਹੁਤ-ਬਹੁਤ ਸਵਾਗਤ ਹਸ਼ੀਕਾਲ ਜੀ ਤੇ ਜੇਕਰ ਗੱਲ ਕੀਤੀ ਜਾਵੇ ਉਗਰਾਹਾ ਸਾਹਿਬ ਦੀ ਕਰ ਦੇ ਵਿੱਚ ਤੁਹਾਨੂੰ ਜਿਸ ਤਰੀਕੇ ਨਾਲ ਉਗਰਾਹਾ ਜੀ ਬਹੁਤ ਪਹਿਲੇ ਤੋਂ ਸਾਰਾ ਕੰਮ ਦੇਖਦੇ ਆਏ ਨੇ ਜੱਥੇਬੰਦੀ ਨੂੰ ਜੱਥੇਬੰਦੀ ਨੂੰ ਜੁਆਇਨ ਕੀਤਾ ਤੁਹਾਨੂੰ ਕਦੀ ਕੋਈ ਔਖਾਈ ਔਖ ਤਾਂ ਕੋਈ ਨਹੀਂ ਆਈ ਜੀ ਪਰ 2005 ਦੇ ਵਿੱਚ ਥੋੜੀ ਔਖਾਈ ਆਈ ਜਦੋਂ ਮੰਮੀ ਜੀ ਚਲੇ ਗਏ ਸੀ ਉਦੋਂ ਔਖਾਈ ਆਈ ਜੀ ਉਸ ਸਮੇਂ ਤੁਸੀਂ ਸੁਣਿਆ ਕਿ ਉਸ ਵੇਲੇ ਤੁਹਾਡਾ ਵਿਆਹ ਵੀ ਸੀਗਾ ਕਿਹੋ ਜਿਹਾ ਮਾਹੌਲ ਰਿਹਾ ਕਿ ਮਦਰ ਜਿਹੜੀ ਉਹ ਜੇਲ੍ਹ ਦੇ ਵਿੱਚ ਹੈਗੀ ਆ ਤੁਸੀਂ ਕਿਸ ਤਰੀਕੇ ਨਾਲ ਮੈਨੇਜ ਕੀਤਾ ਮੈਨੇ ਤਾਂ ਇਹ ਭੂਆ ਜੀ ਬੁਲਾ ਲਏ ਸੀ ਅਸੀਂ ਨੇ ਪੂਆ ਜੀ ਸਾਡੇ ਕੋਲ ਬੁਲਾਣੇ ਸੀ ਪਸੌਰ ਰਹਿੰਦੇ ਨੇ ਪੂਆ ਜੀ ਪਾਪਾ ਜੀ ਨੇ ਕਿਹਾ ਜੀ ਪੂਆ ਨੂੰ ਬੁਲਾ ਲਿਓ ਤੇ ਇੱਥੇ ਆਥੀ ਭੁਗ ਮੰਜਾਰੇ ਚੱਲ ਰਹੇ ਸੀ ਜਿਖੇਪੜ ਉੱਥੇ ਔਰਤਾਂ ਕਿੰਨੀਆਂ ਸੀ ਉਹਨਾਂ ਔਰਤਾਂ ਵਿੱਚ ਮੰਮੀ ਚੱਕੀ ਗਈ ਔਰਤਾਂ ਚੱਕੀ ਗਈਆਂ ਤੇ ਉਦੋਂ ਔਖਾ ਲੱਗਿਆ ਮੈਨੂੰ ਬਹੁਤ ਕਿਉਂਕਿ ਮੰਮੀ ਤਾਂ ਕਦੇ ਪਹਿਲਾਂ ਜੇਲ੍ਹ ਚ ਗਈ ਨਹੀਂ ਸੀ ਪਾਪਾ ਜੀ ਤਾਂ ਬਹੁਤ ਵਾਰ ਗਏ ਨੇਗੇ ਇਸ ਕਰਕੇ ਮੈਨੂੰ ਉਦੋਂ ਬਹੁਤ ਔਖਾ ਲੱਗਿਆ ਵੀ ਮੰਮੀ ਚਲੀ ਗਈ ਤੇ ਉਸ ਤੋਂ ਬਾਅਦ ਦੀਵਾਲੀ ਤੋਂ ਦੀਵਾਲੀ ਆਈ ਦੀਵਾਲੀ ਨੂੰ ਸਾਰੀਆਂ ਔਤਾ ਛੱਡਤੀਆਂ ਪਿੰਡ ਦੀਆਂ ਮੰਮੀ ਨਹੀਂ ਛੱਡੀ ਸੀ ਕਿ ਉਹ ਕਿ ਮਮੀ ਸਾਡੀ ਮੇਨ ਸੀ ਤਾਂ ਕਰਕੇ ਮਮੀ ਨਹੀਂ ਛੱਡੀ ਹੋਗੀ ਬਾਕੀ ਹੋਰ ਸਭ ਤੇ ਜਿਸ ਵਕਤ ਤੁਸੀਂ ਉਹਨਾਂ ਨੂੰ ਕਦੀ ਮਿਲਣ ਗਏ ਸੀਗੇ ਜਿਸ ਵਕਤ ਉਹ ਜੇਲ੍ਹ ਦੇ ਵਿੱਚ ਸੀਗੇ ਤੇ ਅਗਰ ਮਿਲਣ ਗਏ ਸੀ ਕਿਹੋ ਜਿਹਾ ਹੁੰਦਾ ਤੁਹਾਨੂੰ ਮਾਹੌਲ ਲੱਗਾ ਕੀ ਫੀਲ ਹੋਇਆ ਉਸ ਵੇਲੇ ਮਿਲਣ ਗਏ ਸੀ ਜਦੋਂ ਦਵਾਈ ਤੋਂ ਬਾਅਦ ਬਹੁਤ ਉਰੇ ਸਾਰੇ ਪਿੰਡ ਦੇ ਨਹੀਂ ਬੀਹਵੇੜੇਦਿਆਂ ਨੇ ਦਵਾਈ ਨੂੰ ਬਹੁਤ ਉਹ ਕਰਿਆ ਵੀ ਬੱਚੀ ਚਲ ਕੱਲਦੀ ਹੈਗੀ ਵੀ ਉਦੋਂ ਅਸੀਂ ਮਿਲਣ ਗਏ ਸੀ ਮਠਾਈ ਸਾਰੇ ਉਰੇ ਪਿੰਡਦਿਆਂ ਨੇ ਵੀ ਵੇੜੇ ਦੇ ਨੱਬੇ ਦਿੱਤੇ ਤੇ ਮੈਂ ਦਿਵਾਰੀ ਕਰਕੇ ਤਾਂ ਕਰਕੇ ਉਹ ਬੱਚੀ ਮਠਾਈ ਸੀ ਜੇਲ੍ਹ ਚ ਲੈ ਗਏ ਨਾਲੇ ਤਾਂ ਮਿਲਣ ਗਏ ਪਾਪਾ ਜੀ ਨਾਲ ਮੰਮੀ ਨੂੰ ਉਹਦੇ ਬਿਲ ਲਗੇ ਸੀ ਉਹ ਦੇਖ ਕੇ ਤਾਂ ਬਹੁਤ ਉਹ ਲੱਗਿਆ ਮੰਮੀ ਨੇ ਕਰਨਾ ਵੀ ਕਰੇ ਤੇ ਇਸ ਤਰ੍ਹਾਂ ਵੀ ਔਖਾ ਲੱਗਿਆ ਨੂੰ ਮੈਨੂੰ ਬਹੁਤ ਮੰਮੀ ਨੇ ਮਿਲ ਕੇ ਸਭ ਤੋਂ ਪਹਿਲੀ ਗੱਲ ਕੀ ਕਹੀ ਸੀ ਤੁਹਾਨੂੰ ਮੰਮੀ ਕਹੀ ਚਿੰਤਾ ਨਾ ਕਰੋ ਬਸ ਵੀ ਹੁਣ ਅਸੀਂ ਆ ਜਾਾਂਗੇ ਕਣੀ ਥੋੜੇ ਦਿਨ ਤੱਕ ਤੇ ਉਗਰਾਹਾ ਸਾਹਿਬ ਉਹ ਕਿੱਸਾ ਕਿਹੜਾ ਸੀਗਾ ਜਿਸ ਵਕਤ ਬੇਬੇ ਨੂੰ ਵੀ ਜੇਲ੍ਹ ਜਾਣਾ ਪਿਆ ਸੀ ਨਰਮਿੰਦਾ ਕੋਰਸੀ 2004 ਦੇ ਵਿੱਚ ਉਹ ਉਸ ਦਿਨ ਰੇਲਾ ਰੁਕਿਆ ਸੀ 3 ਨਵੰਬਰ ਨੂੰ 3 ਨਵੰਬਰ ਨੂੰ ਰੇਲਾਂ ਤੋਂ ਪਹਿਲਾਂ ਅਰਚੀਵ ਕੁਮਜਾਰੇ ਕਰਨੀ ਸੀ 30 ਅਕਤੂਬਰ ਨੂੰ ਉਹਦੇ ਵਿੱਚ ਬਸ ਉਹ ਗਿਰਫਤਾਰ ਹੋ ਗਏ ਤੇ ਉਹ ਰਹੇ ਨੇ ਤਕਰੀਬਨ ਕਾਫੀ ਚੰਨ ਦਿਨ ਤੱਕ ਫਿਰ ਉਸ ਤੋਂ ਬਾਅਦ ਉਹ ਜ਼ਮਾਨਤ ਕਰਵਾਈ ਜਾਂਦੀ ਰਿਹਾ ਹੋਇਆ ਇਹ ਇਸ ਵਕਤ ਸਾਡੇ ਨਾਲ ਮੌਜੂਦ ਨੇ ਉਗਰਾਹਾ ਸਾਹਿਬ ਦੀ ਵੱਡੀ ਬੇਟੀ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਵੀ ਜਾਣਦੇ ਹਾਂ ਕਿ ਜਿਸ ਵਕਤ ਉਗਰਾਹਾ ਸਾਹਿਬ ਜਾਂ ਤੁਹਾਡੇ ਜਿਹੜੇ ਮਦਰ ਹੈਗੇ ਆ ਉਹ ਜਿਸ ਵਕਤ ਜੱਥੇ ਬੰਦੀ ਦੇ ਕੰਮ ਤੋਂ ਜਾਂਦੇ ਸੀਗੇ ਤੁਸੀਂ ਕਿਸ ਤਰੀਕੇ ਨਾਲ ਘਰ ਨੂੰ ਸੰਭਾਲਦੇ ਸੀ ਬਸ ਹੋ ਜਾਂਦਾ ਸੀ ਮੇਨਟੇਨ ਪਤਾ ਸੀ ਮੈਨੂੰ ਵੀ ਇਹਨਾਂ ਸਾਰੇ ਜਾ ਰਹੇ ਨੇ ਉਹ ਵੀ ਨਾਲ ਜਾਂਦੇ ਸੀਗੇ ਜਿਹੜਾ ਘਰ ਦਾ ਹੁੰਦਾ ਸੀਗਾ ਮੈਂ ਕਰ ਲੈਂਦੀ ਹੁੰਦੀ ਸੀ ਪਿੱਛੇ ਮੈਂ ਹੀ ਕਹਿ ਦਿੰਦੀ ਹੁੰਦੀ ਸੀ ਵੀ ਤੁਸੀਂ ਜਾਓ ਮੈਂ ਹੈਗੀ ਹਾਂ ਤੁਸੀਂ ਅੱਜ ਜਿਹੜਾ ਇਹ ਅੰਦੋਲਨ ਹੈਗਾ ਇੰਨਾ ਵੱਡਾ ਅੰਦੋਲਨ ਚੱਲ ਰਿਹਾ ਹੈ ਜਿਸ ਨੂੰ ਸਭ ਤੋਂ ਵੱਧ ਅਗਰ ਦੇਖਿਆ ਜਾਵੇ ਵੱਧ ਵੱਧ ਇਕੱਠ ਨਾਲ ਉਹ ਗ੍ਰਾਹਾਂ ਸਾਹਿਬ ਲੀਡ ਕਰ ਰਹੇ ਨੇ ਤੁਹਾਨੂੰ ਕਿਹੋ ਜਿਹਾ ਫੀਲ ਹੁੰਦਾ ਆ ਬਹੁਤ ਵਧੀਆ ਲੱਗਦਾ ਜੀ ਕਦੀ ਟਿਕਰੀ ਬਾਰਡਰ ਜਾ ਕੇ ਆਏ ਹੋ ਹਾਂਜੀ ਕਈ ਵਾਰ ਜਾ ਕੇ ਆਈ ਹਾਂ ਮਾਹੌਲ ਕਿਹੋ ਜਿਹਾ ਲੱਗਾ ਉੱਥੇ ਦਾ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਲੋਕ ਜਜ਼ਬੇ ਤੇ ਪਿਆਰ ਨਾਲ ਬੈਠੇ ਨੇਗੇ ਕੋਈ ਐ ਨਹੀਂ ਲੱਗਦਾ ਹੈਗਾ ਉਹਨਾਂ ਨੂੰ ਵੀ ਮੋਦੀ ਅੱਜ ਮੰਨੇ ਕੱਲ ਨੂੰ ਮੰਨੇ ਕਦੋਂ ਮੰਨੂ ਕੋਈ ਐ ਲੱਗਦਾ ਨਹੀਂ ਬਸ ਇੱਕੋ ਨਾਰਾ ਸਾਰਿਆਂ ਦਾ ਮਨਾ ਕੇ ਜਾਵਾਂਗੇ ਜਿੱਤੇ ਕੇ ਜਾਮਾ ਜੀ ਤੇ ਤੁਸੀਂ ਸਭ ਤੋਂ ਜ਼ਿਆਦਾ ਵੇਲਾ ਘਰ ਬਿਤਾਉਂਦੇ ਸੀਗੇ ਜਿਸ ਵਕਤ ਵੀ ਪੁਲਿਸ ਵਗੈਰਾ ਦੇ ਚੱਕਰ ਲੱਗਦੇ ਰਹਿੰਦੇ ਸੀਗੇ ਅੰਦੋਲਨਾਂ ਦੇ ਵਿੱਚ ਜਾਣ ਕਰਨ ਕਦੀ ਤੁਹਾਨੂੰ ਲੱਗਾ ਕਿ ਇਹ ਮੈਂਟਲ ਡਿਸਟਰਬੈਂਸ ਹੋ ਰਹੀ ਆ ਤੁਹਾਡੇ ਵਾਸਤੇ ਆਉਂਦੇ ਤਾਂ ਸੀ ਬਹੁਤ ਸੇ ਪੁਲਿਸ ਦੇ ਲਾਜਮ ਬਹੁਤ ਰਾਤ ਨੂੰ ਵੀ ਦਿਨ ਚ ਵੀ ਬਹੁਤ ਗੇੜੀ ਮਾਰਦੇ ਸੀ ਪਰ ਕੁਝ ਕਹਿੰਦੇ ਨਹੀਂ ਸੀ ਚਲੇ ਆਏ ਪੁੱਛ ਕੇ ਚਲੇ ਜਾਂਦੇ ਸੀ ਦੇਖ ਕੇ ਤਲਾਸ਼ੀ ਤੁਸੀਂ ਲੈ ਕੇ ਚਲੇ ਜਾਂਦੇ ਸੀ ਘਰੇ ਵੀ ਹੈ ਨਹੀਂ ਕਿ ਪੁੱਛਦੇ ਸੀ ਕਿੱਥੇ ਗਏ ਨੇਗੇ ਮੈਂ ਕਹਿੰਦੀ ਮੈਨੂੰ ਦੱਸ ਕਿ ਨਹੀਂ ਗਏ ਹੈਗੇ ਮੈਨੂੰ ਤਾਂ ਪਤਾ ਨਹੀਂ ਕਿੱਥੇ ਗਏ ਨੇਗੇ ਗੇੜੀ ਵੱਤ ਮਾਰਦੇ ਸੀ ਤੇ ਇਸ ਵਕਤ ਸਾਡੇ ਨਾਲ ਉਹਨਾਂ ਦੇ ਜਿਹੜੇ ਦਾਮਾਦ ਹੈਗੇ ਉਹ ਵੀ ਸਾਡੇ ਨਾਲ ਇੱਥੇ ਬੈਠੇ ਹੋਏ ਨੇ ਇਹਨਾਂ ਤੋਂ ਪੁੱਛਦੇ ਆ ਕਿ ਜਿਸ ਵਕਤ ਤੁਹਾਨੂੰ ਪਤਾ ਚੱਲਿਆ ਸੀਗਾ ਕਿ ਤੁਹਾਡੀ ਜਿਹੜੀ ਹੋਣ ਵਾਲੀ ਵਾਈਫ ਆ ਉਹਨਾਂ ਦੇ ਜਿਹੜੇ ਫਾਦਰ ਆ ਉਹ ਇਸ ਤਰੀਕੇ ਨਾਲ ਜਥੇਵੰਦੀ ਦਾ ਕੰਮ ਕਰਦੇ ਨੇ ਤੁਹਾਨੂੰ ਕਿਹੋ ਜਿਹਾ ਲੱਗਾ ਸੀਗਾ ਜਾਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਹੋਰ ਥਾਟ ਆਈ ਸੀਗੀ ਨਹੀਂ ਬਹੁਤ ਵਧੀਆ ਲੱਗਿਆ ਤੇ ਅੱਜ ਤੁਸੀਂ ਉਹਨਾਂ ਨੂੰ ਅੰਦੋਲਨ ਦੇ ਵਿੱਚ ਸਪੋਰਟ ਕਰਦੇ ਹੋ ਜ਼ਰੂਰ ਕਰਦੇ ਆ ਜੀ ਜਾਣੇ ਵੀ ਜਾ ਕੇ ਆਇਓ ਤੇ ਕਿੰਨੀ ਵਾਰ ਜਾਇਆ ਆਇਓ ਤਿੰਨ ਚਾਰ ਵਾਰ ਜਾਇਆ ਜੀ ਕਿਹੋ ਜਿਹਾ ਲੱਗਦਾ ਜਦੋਂ ਤੁਸੀਂ ਉੱਥੇ ਜਾਂਦੇ ਹੋ ਕਿ ਉੱਥੇ ਜਾ ਕੇ ਦੇਖਦੇ ਹੋ ਕਿ ਉਗਰਾਹਾਂ ਸਾਹਿਬ ਦੀ ਇੰਨੀ ਇੱਜ਼ਤ ਕਰਦੇ ਨੇ ਲੋਕ ਜਿੱਥੇ ਉਗਰਾਹਾਂ ਜੀ ਕਹਿੰਦੇ ਨੇ ਖੜ ਜਾਂਦੇ ਨੇ ਆ ਤੇ ਉਤੋਂ ਹਿਲਦੇ ਨਹੀਂ ਛੇਤੀ ਜਦ ਤੱਕ ਉਗਰਾਹਾਂ ਸਾਹਿਬ ਦਾ ਆਰਡਰ ਨਹੀਂ ਆਂਦਾ ਬਹੁਤ ਵਧੀਆ ਡਿਸਪਲਨ ਹੈ ਜੀ ਬਹੁਤ ਵਧੀਆ ਲੱਗਦਾ ਬਹੁਤ ਲੋਕ ਪਿਆਰ ਕਰਦੇ ਨੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਜੀ ਇਸ ਵਕਤ ਮੇਰੇ ਨਾਲ ਉਹਨਾਂ ਦੇ ਦੋਤੇ ਵੀ ਮੌਜੂਦ ਆ ਇਹ ਤੁਸੀਂ ਦੇਖ ਸਕਦੇ ਹੋ ਯੰਗ ਜਨਰੇਸ਼ਨ ਜਿੰਨੂੰ ਕਿਹਾ ਜਾਂਦਾ ਆ ਕਿ ਇਸ ਵਕਤ ਅੰਦੋਲਨ ਦੇ ਵਿੱਚ ਬਹੁਤ ਵੱਧ ਸੰਖਿਆ ਦੇ ਵਿੱਚ ਜਿਹੜੀ ਤੁਹਾਨੂੰ ਯੰਗ ਜਨਰੇਸ਼ਨ ਹੈਗੀ ਆ ਉਹ ਮਿਲ ਜਾਏਗੀ ਇਸ ਵਕਤ ਉਹਨਾਂ ਦੇ ਦੋਤੇ ਮੇਰੇ ਨਾਲ ਮੌਜੂਦ ਨੇ ਜਿਹੜੇ ਡਿਗਰੀ ਆਰਡਰ ਜਾ ਕੇ ਵੀ ਆ ਚੁੱਕੇ ਨੇ ਇਹਨਾਂ ਨਾਲ ਗੱਲ ਕਰਦੇ ਆ ਕਿਹੋ ਜਿਹਾ ਲੱਗਦਾ ਹੈ ਕਿ ਜਿਸ ਤਰ੍ਹਾਂ ਦੇਖਦੇ ਹੋ ਕਿ ਨਾਨਾ ਜੀ ਦੇ ਨਾਲ ਇੰਨੀ ਲੋਕ ਉੱਥੇ ਮੌਜੂਦ ਨੇ ਯੰਗ ਜਨਰੇਸ਼ਨ ਉਹਨਾਂ ਨਾਲ ਖੜੀ ਹੈ ਬਹੁਤ ਵਧੀਆ ਲੱਗਦੀ ਜੀ ਲੋਕਾਂ ਦਾ ਆਪਣਾ ਉਤਸ਼ਾਹ ਦੇਖ ਕੇ ਬਹੁਤ ਵਧੀਆ ਲੱਗਦਾ ਜਿਵੇਂ ਸਾਡੇ ਵਰਗੇ ਜਾਣਦੇ ਨੇ ਉਥੇ ਬਹੁਤ ਵਧੀਆ ਲੱਗਦਾ ਤੁਸੀਂ ਦੇਖਦੇ ਹੋ ਕਿ ਅੱਜ ਜਿਹੜੇ ਉਥੇ ਲੋਕ ਬੈਠੇ ਨੇ ਉਹ ਗ੍ਰਾਹਕ ਸਾਹਿਬ ਨਾਲ ਫੋਟੋਆਂ ਕਲਿੱਕ ਕਰਵਾਉਂਦੇ ਨੇ ਪੋਸਟ ਕਰਦੇ ਨੇ ਇੰਸਟਾਗ੍ਰam ਤੇ ਪਾਉਂਦੇ ਨੇ ਫੇਸਬੁੱਕ ਤੇ ਪਾਉਂਦੇ ਨੇ ਕਿ ਆ ਕੇ ਤੁਹਾਨੂੰ ਦਿਖਾਉਂਦੇ ਵੀ ਹੋਗੇ ਕਿ ਤੇਰੇ ਨਾਨਾ ਜੀ ਨਾਲ ਫੋਟੋ ਖਿੱਚ ਕੇ ਆਏ ਆ ਕਿਹੋ ਜਿਹਾ ਲੱਗਦਾ ਬਹੁਤ ਪੁੱਛਦੇ ਨੇ ਵੀ ਤੇਰੇ ਨਾਨਾ ਜੀ ਨੇ ਇਹ ਵੀ ਜਦ ਫੋਟੋਆਂ ਦਿਖਾਉਂਦੇ ਨੇ ਪੁੱਛਦੇ ਨੇ ਲੋਕਾਂ ਨੂੰ ਪਤਾ ਲੱਗਦਾ ਵੀ ਕਿਧਰੋਂ ਵੀ ਇਹਨਾਂ ਦੇ ਨਾਨਾ ਜੀ ਨੇ ਪੁੱਛਦੇ ਨੇ ਬਹੁਤ ਵਧੀਆ ਲੱਗਦਾ ਫਿਰ ਤੁਸੀਂ ਕੀ ਕਹਿੰਦੇ ਹੋ ਹਾਂ ਜੀ ਮੈਂ ਕਹਿੰਦਾ ਵੀ ਹਾਂ ਮੇਰੇ ਨ ਤੇ ਕਦੀ ਐਸਾ ਹੋਇਆ ਕੋਈ ਐਸਾ ਇਨਸੀਡੈਂਟ ਹੋਇਆ ਹੋਵੇ ਜਿੱਥੇ ਤੁਹਾਨੂੰ ਲੋਡ ਪਈ ਹੋਵੇ ਤੇ ਤੁਸੀਂ ਉਹ ਗ੍ਰਾਹਾਂ ਜੀ ਦਾ ਨਾਮ ਲੈ ਕੇ ਉਹ ਤੋਂ ਛੁੱਟ ਗਏ ਹੋ ਨਾ ਹਜੇ ਤੱਕ ਨਹੀਂ ਆਜੀ ਹਜੇ ਮਤਲਬ ਸ਼ਰੀਫ ਉਹ ਹਜੇ ਤੱਕ ਹਾਈ ਤਾਂ ਕੈਸੀ ਕੋਈ ਲੋਡ ਨਹੀਂ 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 ਹਜੇ ਤੱਕ ਨਹੀਂ ਲੁੱੜੀ ਤੇ ਕਦੀ ਫਿਊਚਰ ਦਾ ਸੋਚਿਆ ਕਿ ਵਾਬੇ ਮੇਰੇ ਨਾਨਾ ਜੀ ਦਾ ਤੇ ਕਦੀ ਕੱਲ ਲੋਡ ਪਊਗੀ ਨਾ ਲੈ ਦੂੰਗਾ ਨਹੀਂ ਹਜੇ ਤੱਕ ਨਹੀਂ ਸੋਚਿਆ ਕਦੇ ਨਹੀਂ ਸੋਚਿਆ अच्छा आ, इस वक्त मेरे दे, नाल ਉਹਨਾਂ ਦੇ ਦੂਸਰੇ ਦਮਾਦ ਵੀ ਮੌਜੂਦ ਨੇ ਇਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਇਸ ਵਕਤ ਇੱਥੇ ਸਾਰਾ ਘਰ ਜਿਹੜਾ ਹੈਗਾ ਉੱਥੇ ਇਹਨਾਂ ਦੇ ਇਹ ਵੀ ਦੇਖਦੇ ਨੇ ਦੇਖ ਰਿਖ ਸਾਰੀ ਇਹੀ ਕਰਦੇ ਨੇ ਇਹਨਾਂ ਤੋਂ ਵੀ ਪੁੱਛਦੇ ਆ ਕਿ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜਿਹੜਾ ਇਸ ਅੰਦੋਲਨ ਨੂੰ ਸਾਹਮਣੇ ਬੈਠੇ ਨੇ ਮੋਰਚਾ ਸਾਹਮਣੇ ਬੈਠੇ ਨੇ ਟਿਕਰੀ ਬਾਰਡਰ ਤੇ ਮੋਰਚਾ ਤਾਂ ਇਹ ਹੈ ਜੀ ਮੇਨ ਗੱਲ ਤਾਂ ਸਾਰੇ ਨਾਲ ਉਹ ਐ ਜਿੰਨਾਂ ਚਿਰ ਆਪਾਂ ਮੇਨਟੇਨ ਚੱਲਣਾ ਵੀ ਅਗਵਾਹੀ ਦੇ ਵਿੱਚ ਜੀ ਵੀ ਜੇ ਅਗਵਾਹੀ ਤੋਂ ਬਗੈਰ ਖੇਡ ਗਿਆ ਆਪਾਂ ਨਹੀਂ ਸੰਭਲ ਸਕਦੇ ਬਿਲਕੁਲ ਜਿਵੇਂ ਉੱਪਰੋਂ ਹੁਕਮ ਹੋਊਗਾ ਪ੍ਰਧਾਨ ਜੀ ਦਾ ਉਵੇਂ ਹੀ ਚੱਲਣ ਦਾ ਉਹ ਫਰਜ਼ ਬਣਦਾ ਸਾਰਿਆਂ ਦਾ ਤੇ ਤੁਸੀਂ ਕਿੱਥੇ ਦੇਖਦੇ ਹੋ ਕਿ ਕਿਸ ਥਾਂ ਤੇ ਖੜਾ ਹੈ ਇਸ ਵਕਤ ਇਹ ਜਿਹੜਾ ਕਿਸਾਨੀ ਅੰਦੋਲਨ ਹੈਗਾ ਆ ਅੰਦੋਲਨ ਤਾਂ ਉ ਤਾਂ ਸਿਰੇ ਤੀ ਗਿਆ ਹੋਇਆ ਜੀ ਜੀ ਹਾਂਜੀ ਤੇ ਤੁਸੀਂ ਜਾ ਕੇ ਆਏ ਹੋ ਟਿਕਰੀ ਬਾਰਡਰ ਤੋਂ ਹਾਂਜੀ ਹਾਂਜੀ ਮੈਂ ਕਈ ਵਾਰ ਹਫਤਾ ਹਫਤਾ ਲਾ ਕੇ ਆਇਆ ਜੀ ਤੁਸੀਂ ਜਥੇਬੰਦੀ ਨੂੰ ਜੁਆਇਨ ਕੀਤਾ ਹੋਇਆ ਕਿਸ ਤਰੀਕੇ ਨਾਲ ਦੇਖਦੇ ਹੋ ਸਾਰੀ ਚੀਜ਼ ਨੂੰ ਜਥੇਬੰਦੀ ਨੂੰ ਤੁਸੀਂ ਜੁਆਇਨ ਕੀਤਾ ਹੈ ਹਾਂਜੀ ਹਾਂਜੀ ਤੇ ਇਹਦੇ ਨਾਲ ਤੁਸੀਂ ਕੀ ਕੀ ਕੰਮ ਕਰਦੇ ਹੋ ਸਪੋਰਟ ਦੇ ਵਿੱਚ ਸਪੋਰਟ ਦੇ ਜਿੰਨਾ ਵੀ ਕਰਦੇ ਆ ਜਿਵੇਂ ਧਰਨੇ ਲਗਦੇ ਨੇ ਪਾਣੀ ਦੀ ਟੈਂਕੀ ਵਗੈਰਾ ਹੋਰ ਸਾਰੀਆਂ ਜਿੰਨਾ ਵੀ ਹੁੰਦਾ ਕਰਦੇ ਆ ਬੰਦ ਚੜ ਕੇ ਤੇ ਤੁਸੀਂ ਕਿਸ ਚੀਜ਼ ਨੂੰ ਸਭ ਤੋਂ ਵੱਧ ਜਿਹੜਾ ਆ ਜਿਸ ਵਕਤ ਕਦੀ ਵੀ ਬੱਚੇ ਹੁੰਦੇ ਹੋ ਆਪਾਂ ਸਭ ਤੋਂ ਵੱਧ ਟਾਈਮ ਤੁਸੀਂ ਸਪੈਂਡ ਕੀਤਾ ਹੋਣਾ ਆ ਕਿਸ ਚੀਜ਼ ਨੂੰ ਸਭ ਤੋਂ ਜ਼ਿਆਦਾ ਮਿਸ ਕਰਦੇ ਹੋ ਜਾਂ ਸਭ ਤੋਂ ਜ਼ਿਆਦਾ ਯਾਦ ਕਰਦੇ ਹੋ ਆਪਣੇ ਮੰਮੀ ਨੂੰ ਕਿਹੋ ਜਿਹਾ ਸਮਾਂ ਹੁੰਦਾ ਸੀ ਉਹ ਬਹੁਤ ਵਧੀਆ ਹੁੰਦਾ ਸੀ ਕੀ ਕਰਦੇ ਸੀਗੇ ਹਾਂਜੀ ਕੀ ਕਰਦੇ ਸੀਗੇ ਇਕੱਠੇ ਬਹਿ ਕੇ ਆ ਕੱਟੇ-ਵੇਕੇ ਦੋਨੇ ਅਸੀਂ ਘਰੇ ਹੁੰਦੀਆਂ ਸੀ ਮਾਵਾ ਧੀਆ ਦੋਨੇ ਘਰ ਦੇ ਕੰਮ ਕਰਦੀਆਂ ਸੀ ਐ ਨਹੀਂ ਸੀ ਹੁੰਦਾ ਜੇ ਉਹਨਾਂ ਨੇ ਕਿਤੇ ਬਾਹਰ ਜਾਣਾ ਤਾਂ ਮੈਂ ਕਰੇ ਹੁੰਦੀ ਸੀ ਮੈਂ ਕਿਤੇ ਜਾਂਦੀ ਸੀ ਤਾਂ ਉਹ ਕਰੇ ਹੁੰਦੇ ਸੀ ਐ ਪਿੱਛੇ ਘਰ ਦਾ ਫਿਕਰ ਨਹੀਂ ਸੀ ਹੁੰਦਾ ਜਿਵੇਂ ਹੁਣ ਦਿੱਲੀ ਮੈਂ ਟਿਕਰੀ ਬਾਰਡਰ ਤੇ ਜਾ ਕੇ ਆਈ ਆ ਆਪਣਾ ਵੂਮਨਸਡੇ ਤੇ ਪਿੱਛੇ ਮੈਨੂੰ ਐ ਨਹੀਂ ਸੀ ਹੁੰਦਾ ਵੀ ਸਾਡੇ ਘਰੇ ਕੋਈ ਹੈ ਨਹੀਂਗਾ ਸਾਡੇ ਘਰੇ ਤਿੰਨੇ ਇਹ ਜਣੇ ਸੀਗੇ ਬੱਚੇ ਸੀ ਇਹਦੇ ਪਾਪਾ ਸੀਗੇ ਘਰੇ ਕੋਈ ਵੀ ਹੈ ਨਹੀਂ ਸੀ ਰੋਟੀ ਵਾਲਾ ਰੋਟੀ ਗਮਾਂਡੀ ਪਕਾਉਂਦੇ ਰਹੇ ਨੇ ਬਾਕੀ ਕੰਮ ਮੈਂ ਆ ਕੇ ਕਰੀਨੇਗੀ ਐ ਜਦੋਂ ਦੋ ਜਣੇ ਹੁੰਨੇ ਆ ਉਹਨਾਂ ਮੇਰਾ ਸਹਾਰਾ ਸੀ ਮੈਨੂੰ ਉਹਨਾਂ ਦਾ ਸਹਾਰਾ ਸੀ ਜੀ ਤੇ ਉਹ ਗ੍ਰਾਹਕ ਸਾਹਿਬ ਤੁਸੀਂ ਵੱਧ ਤੋਂ ਵੱਧ ਸਮਝ ਸਕ ਤੁਸੀਂ ਘਰ ਹੁੰਦੇ ਹੋ ਕਿਸ ਤਰੀਕੇ ਨਾਲ ਬਤੀਤ ਕਰਨਾ ਪਸੰਦ ਕਰਦੇ ਹੋ ਮੈਂ ਉੱਥੇ ਜਾਣਾ ਰੋਟੀ ਖਾਣ ਅੰਦਰ ਜੀ ਆ ਕੇ ਮੈਂ ਬਸ ਇੱਥੇ ਆਪਣੀ ਮੈਂ ਮੇਰੀ ਕੋਠੀ ਜੀ ਪਹਿਨਣਾ ਜਿਹੜੀ ਕੋਠੀ ਤੁਸੀਂ ਦੇਖੀਏ ਹੂੰ ਇਹ ਪੰਜ ਸਟਾਰ ਇਹ ਨਹੀਂ ਇਹ ਤਾਂ 5 ਸਟਾਰ ਹੋਟਲ ਹੈਗਾ ਆ ਕਿਉਂਕਿ ਬਹੁਤ ਜ਼ਿਆਦਾ ਵਾਵਾ ਵੀ ਆਪਾਂ ਸੁਣ ਰਹੇ ਸੀ ਇੰਸਟਾਗ੍ਰam ਟਵਿੱਟਰ ਫੇਸਬੁਕ ਤੇ ਕਿ ਜੇ ਲੀਡਰਸ ਨੇ ਉਹ 5 ਸਟਾਰ ਹੋਟਲਸ ਦੇ ਵਿੱਚ ਰਹਿ ਰਹੇ ਨੇ ਅਸੀਂ ਤੁਹਾਡਾ ਉੱਥੇ ਦੀ ਖੁੱਲੀ ਵੀ ਦਿਖਾਈ ਸੀ ਇੱਥੇ ਦੀ ਵੀ ਦਿਖਾਤੀ ਲੋਕਾਂ ਨੂੰ ਲੋਕ ਪਸੰਦ ਕਰਨਗੇ ਇਹ ਵੀ ਖੁੱਲੀ ਤੇ ਤੁਸੀਂ ਨੇਚਰ ਨਾਲ ਜੁੜੇ ਰਹਿਣ ਵਾਸਤੇ ਕੁਦਰਤ ਨਾਲ ਜੁੜੇ ਰਹਿਣ ਵਾਸਤੇ ਕੀ ਕੀ ਕਰਦੇ ਹੋ ਮੈਨੂੰ ਬਹੁਤ ਆਨੰਦ ਆਉਂਦਾ ਇੱਥੇ ਬੈਠ ਕੇ ਜਿ세 ਕਰਕੇ ਮੈਂ ਇਹਨਾਂ ਨੇ ਬੱਚਾ ਨੇ ਕਈ ਵਾਰੀ ਕਿਹਾ ਵੀ ਪਾਪਾ ਨੂੰ ਢਾ ਦिए ਮੈਂ ਮੈਂ ਇਹਨੂੰ ਢਾਉਣ ਨਹੀਂ ਦਿੰਦਾ ਇਹ ਠੰਡੀ ਬਹੁਤ ਹੈ ਤੇ ਗਰਮੀਆਂ ਦੇ ਵਿੱਚ ਇਹ ਠੰਡੀ ਹੈ ਸਰਦੀਆਂ ਦੇ ਵਿੱਚ ਇਹ ਗਰਮ ਹੈ ਬਹੁਤ ਬਸ ਮੇਰਾ ਇਹ ਹੈ ਵੀ ਇੱਥੋਂ ਮੈਂ ਬਾਹਰ ਲਾ ਘਰ ਤੁਸੀਂ ਦੇਖ ਕੇਓ ਜਿੱਥੇ ਉੱਥੇ ਜਾਣਾ ਉਥੋਂ ਇੱਥੇ ਰੋਟੀ ਖਾਣ ਅੰਦਰ ਜੇ ਕਿਤੇ ਲੋਡ ਹੁੰਦੀ ਹੈ ਤਾਂ ਬੱਚੇ ਬੁਲਾ ਲੈਂਦੇ ਨੇ ਜੇ ਕੋਈ ਗੱਲ ਹੁੰਦੀ ਹੈ 10 ਮਿੰਟ ਕਰਕੇ ਮੁੜ ਕੇ ਫੇਰ ਆਪਣੀ ਕੋਠੀ 'ਚ ਆ ਜਾਂਦੇ ਨੇ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਬਾਹਰਲੀ ਕੋਠੀ ਦਿਖਾਈ ਬਹੁਤ ਸੋਹਣੀ ਆ ਭਾਵੇਂ ਪੁਰਾਣੀ ਬਣੀ ਹੋਈ ਹੈ ਲੇਕਿਨ ਉਹ ਬਹੁਤ ਸੰਜੋਗ ਕੇ ਰੱਖੀ ਹੋਈ ਹੈਗੀ ਆ ਕੋਈ ਉਸ ਕੋਠੀ ਦੀ ਐਸੀ ਕੋਈ ਯਾਦ ਹੋਵੇ ਤੁਹਾਡੀ ਉਹਦੀ ਕੋਠੀ ਦੀ ਜਿਆਦਾ ਹੈ ਉਹ ਕਦੇ ਕਦੇ ਡਿੱਗ ਪੈਂਦੀ ਹੁੰਦੀ ਸੀ ਫਿਰ ਖੜੀ ਕਰ ਦਿੰਦੇ ਸੀ ਬਸ ਇੰਨੀ ਜਿਆਦਾ ਦੀ ਉਹ ਕਦੇ 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 ਅਸੀਂ ਉੱਤੋਂ ਤੁਰੇ ਫਿਰਦੇ ਹੁੰਦੇ ਬਿਜਲੀ ਕਰਦੇ ਇੱਕ ਵਾਰੀ ਗੁਰਚੇਤ ਨਿਕਲ ਗਏ ਇਹ ਢਾਂਡੇ ਕਿ ਪਿਆ ਛੱਟ-ਛੁੱਟ ਬੱਜ ਗਈ ਦੁਬਾਰੇ ਫੇਰ ਪਾਤੀ ਛੱਤ ਬਸ ਉਹਦੀ ਜਿਆਦਤਾ ਇਹੀ ਹੈ ਉਹ ਜਦ ਪੁਰਾਣੀਆਂ ਛੱਤਾਂ ਦੀ ਕੀ ਹੁੰਦੀ ਹੈ ਕਦੇ ਟੁੱਟ ਗਈ ਡਿੱਗ ਪਿਆ ਦੁਬਾਰੇ ਫੇਰ ਛਾੜਦੀ ਇਹੀ ਉਹਦੀ ਜਿਆਦਾ ਹੈ ਜਿੰਨਾ ਚਿਰ ਚੱਲੂਗੀ ਚੱਲੂਗੀ ਦੁਬਾਰੇ ਫੇਰ ਡਿੱਗੂ ਫੇਰ ਛਾੜ ਲਾਂਗੇ ਕਿਹੜਾ ਬੜਾ ਪੈਸਾ ਲੱਗਣਾ ਤੇ ਉਗਰਾਹ ਸਾਹਿਬ ਇੱਕ ਹੋਰ ਬੜਾ ਵੱਡਾ ਸਵਾਲ ਜਿਹੜਾ ਹੈਗਾ ਲੋਕਾਂ ਦਾ ਉੱਠਦਾ ਆ ਰਿਹਾ ਹੈਗਾ ਕਿ ਜਿਹੜੇ ਲੀਡਰ ਹੈਗੇ ਉਹਨਾਂ ਕੋ ਪਤਾ ਨਹੀਂ ਕਿੰਨੀ ਵੱਡੀਆਂ ਪ੍ਰਾਪਰਟੀਆਂ ਪਈਆਂ ਹੋਈਆਂ ਨੇ ਜਾਂ ਅੰਦੋਲਨ ਦੇ ਦੌਰਾਨ ਉਹਨਾਂ ਨੇ ਬਹੁਤ ਪ੍ਰਾਪਰਟੀਆਂ ਖੜੀਆਂ ਕਰ ਲੀਆਂ ਕਿੰਨੀ ਕੁ ਪ੍ਰਾਪਰਟੀ ਆ ਆਪਣੀ ਇਹ ਜੇ ਪਤਾ ਨਹੀਂ ਲੱਗਿਆ ਸਾਨੂੰ ਬਹੁਤ ਸਾਡੀ ਪ੍ਰਾਪਰਟੀ ਦਾ ਸਾਡੇ ਜਿੰਨੀ ਪ੍ਰਾਪਰਟੀ ਦਾ ਕਿਸੇ ਕੋਲੇ ਵੀ ਨਹੀਂ ਕਿੰਨੀ ਕੁ ਜ਼ਮੀਨ ਹੈਗੀ ਆ ਜ਼ਮੀਨ ਚ ਮੂਰ ਨਹੀਂ ਹੈ ਸਾਡੇ ਕੋਲੇ ਪ੍ਰਾਪਰਟੀ ਦੀ ਗੱਲ ਕਰੋ ਪ੍ਰਾਪਰਟੀ ਸਾਡੇ ਕੋਲੇ ਦੁਨੀਆ ਕਰੋੜਾਂ ਦਾ ਕਰੋੜ ਲੋਕ ਸਾਡੇ ਨੇ ਦੁਨੀਆ ਸਾਡੀ ਹੈ ਦੁਨੀਆ ਜਿੱਤੀ ਹੋਈ ਹੈ ਸਾਡੀ ਲੋਕਾਂ ਦੇ ਸੀ ਮੰਨ ਜਿੱਤੇ ਹੋਏ ਨੇ ਜੀ ਇਹ ਤਾਂ ਕਿ ਤੋਂ ਮਿਲਦਾ ਪੈਸਾ ਨਾਲ ਤਾਂ ਮਿਲਦਾ ਨਹੀਂ ਇਹ ਸਮਾਨ ਸਾਡੇ ਕੋਲ ਬਹੁਤ ਸਮਾਨ ਹੈ ਜੀ ਸੰਤੋਸ਼ਟੀ ਹੈ ਸਾਡੀ ਤਸੱਲੀ ਹੈ ਤੁਹਾਡੇ ਨਾਲ ਅਗਰਾਂ ਸਾਹਿਬ ਜੇਕਰ ਗੱਲ ਕੀਤੀ ਜਾਵੇ ਅੰਦੋਲਨ ਦੇ ਦੌਰਾਨ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਜਾਂ ਦੌਰਾਨ ਜਿਹੜੇ ਤੁਹਾਡੇ ਨਾਲ ਜੁੜਦੇ ਜਾ ਰਹੇ ਨੇ ਲੋਕ ਕਦੀ ਉਹਦਾ ਐਸਟੀਮੇਸ਼ਨ ਲਗਾਇਆ ਕਿ ਕਿੰਨੇ ਕੁ ਲੋਕ ਤੁਹਾਡੇ ਨਾਲ ਜੁੜ ਚੁੱਕੇ ਹੋਣਗੇ ਹਜੇ ਤੱਕ ਦੇਖੋ ਇਹ ਤਾਂ ਕੋਈ ਐਸਟੀਮੇਟ ਹੈ ਨਹੀਂ ਜਦੋਂ ਇਕੱਠੇ-ਕੁੱਠ ਕਰਨਾ ਹੁੰਦਾ ਸੀ 2 ਲੱਖ ਬੰਦਾ ਇਕੱਠੇ ਕਰ ਸਕਦੇ ਅੱਜ ਵੀ ਅੱਜ ਸਾਡੀ ਸਮਰੱਥਾ ਹੈਗੀ ਆ ਯਾਨੀ ਅਸੀਂ 85000 ਦਾ ਹੁਣ ਤੁਸੀਂ ਦੇਖੋ ਵੀ ਦਿੱਲੀ ਦੇ ਜਿਹੜਾ ਔਰਤ ਕਮੰਤਰੀ ਆ ਪ੍ਰਦੇਸ਼ ਸੀਗਾ ਉਹ ਤੇ ਅਸੀਂ 85000 ਤਾਂ ਔਰਤਾਂ ਹੀ ਚਲੀਆਂ ਗਈਆਂ ਸੀ ਤੇ ਬੁੜੇ ਜਾਂ ਗਏ ਸੀ ਤੇ ਸਾਡੀ ਸਮਰੱਥਾ ਇਹ ਹੈ ਵੀ ਅਸੀਂ ਲੱਖ ਔਰਤਾਂ ਦਾ ਇਕੱਠ ਕਰ ਸਕਦੇ ਹਾਂ ਤੇ ਲੱਖ ਬੰਦੇਾਂ 2 ਲੱਖ ਦੀ ਸਾਡੀ ਸਮਰੱਥਾ ਹੈ ਵੱਧ ਹੋ ਸਕਦੀ ਹੈ ਅੱਪਾ ਅਜ ਤੱਕ ਨਾ ਦੇਖਦੇ ਆ ਰਿਹਾ ਸ਼ਹਿਰਾਂ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਇਕੱਠਾ ਤੁਹਾਡੇ ਨਾਲ ਜੁੜਦਾ ਜਾ ਰਿਹਾ ਹੈ ਆ ਭਾਵੇਂ ਤੁਹਾਡਾ ਨਾ ਕਈਏ ਕਿਸਾਨੀ ਅੰਦੋਲਨ ਨਾ ਕਈਏ ਅਸੀਂ ਚੰਡੀਗੜ੍ਹ ਵਾਲੇ ਕੇ ਸ਼ਹਿਰ ਚ ਦੇਖਦੇ ਆਂ ਹੋਰ ਸ਼ਹਿਰਾਂ ਦੇ ਵਿੱਚ ਦੇਖਦੇ ਆਂ ਲੋਕ ਸ਼ਾਮ ਵੇਲੇ ਝੰਡੇ ਲਾ ਕੇ ਖੜੇ ਹੁੰਦੇ ਨੇ ਲੋਕਾਂ ਨੂੰ ਹਾਰਨ ਮਾਰ ਕੇ ਕਿਸਾਨਾਂ ਨੂੰ ਸਪੋਰਟ ਕਰਨ ਦੀ ਗੱਲ ਕਰਦੇ ਨੇ ਇਹਨਾਂ ਸਭ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇੰਨੀ ਪੜੀ ਲਿਖੀ ਜਿਹੜੀ ਸੰਖਿਆ ਹੈ ਤੁਹਾਡੇ ਨਾਲ ਜੁੜਦੀ ਜਾ ਰਹੀ ਹੈ ਅਸੀਂ ਇਹ ਦੇਖਦਾ ਵੀ ਅਵੇਅਰਨੈਸ ਵਧੀ ਜਾਂਦੀ ਹੈ ਲੋਕ ਇੱਕ ਨਵਾਂ ਯੁੱਗ ਸਿਰਜਣ ਜਾ ਰਹੇ ਨੇ ਜੀ ਲੋਕ ਇਸ ਸਿਸਟਮ ਤੋਂ ਤੰਗ ਨੇ ਲੋਕ ਇਹਨੇ ਪੋਲੀਟਿਕਲ ਲੋਕਾਂ ਦੇ ਪਾਲ ਪੋਲਿਸੀਆਂ ਤੋਂ ਔਖੇ ਨੇ ਲੋਕਾਂ ਵਾਸਤੇ ਰਜਗਾਰ ਨਹੀਂ ਉਹਨਾਂ ਦੇ ਬੱਚਿਆਂ ਵਾਸਤੇ ਵਿਦਿਆ ਨਹੀਂ ਉਹਨਾਂ ਵਾਸਤੇ ਇਲਾਜ ਨਹੀਂ ਉਹਨਾਂ ਵਾਸਤੇ ਸਿਹਤ ਸਹੂਲਤਾਂ ਨਹੀਂ ਇਹ ਨਿੱਜੀ ਕਰਨ ਵਾਲੀ ਪਾਲਿਸੀ ਸਰਕਾਰ ਦੀ ਇਹਨਾਂ ਨੂੰ ਪਸੰਦ ਨਹੀਂ ਇਸ ਕਰਕੇ ਉਹ ਦੁਖੀ ਹੋਏ ਲੋਕ ਨੇ ਇਸ ਕਰਕੇ ਐਸ ਐਜੀਟੇਸ਼ਨ ਦੀ سپورਟ ਕਰਦੇ ਨੇ ਜੀ ਤੇ ਇਸ ਦੇ ਨਾਲ ਹੀ ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਖੜੇ ਹੋ ਕੇ ਤੁਹਾਨੂੰ ਸਪੋਰਟ ਕਰ ਰਹੇ ਨੇ ਇਵਨ ਬਾਹਰੋਂ ਤੁਹਾਨੂੰ ਸਪੋਰਟ ਕਰ ਰਹੇ ਨੇ ਤੁਹਾਡੇ ਨਾਲ ਫੋਟੋਆਂ ਖਿਚਾਣ ਆਉਂਦੇ ਨੇ ਲੋਕ ਕਿਹੋ ਜਿਹਾ ਲੱਗਦਾ ਹੈ ਆਪਣੇ ਆਪ ਨੂੰ ਕਦੀ ਕਦੀ ਪ੍ਰਾਊਡ ਵੀ ਫੀਲ ਹੁੰਦਾ ਹੋਣਾ ਕਿ ਮੈਂ ਕਿੱਥੇ ਪਹੁੰਚ ਗਿਆ ਲੋਕ ਮੇਰੇ ਨਾਲ ਅੱਜਕੱਲ੍ਹ ਫੋਟੋਆਂ ਖਿਚਾਣ ਆਉਂਦੇ ਨੇ ਦੇਖੋ ਪ੍ਰਾਊਡ ਵਾਲੀ ਤਾਂ ਕੋਈ ਗੱਲ ਨਹੀਂ ਇਹ ਬਹੁਤ ਲੰਮੇ ਸਮੇਂ ਦੀ ਦੀ ਕਢਾਲਣਾ ਕਲੀ ਹੋਈ ਹੈ ਬਹੁਤ ਚਿਰ ਤੋਂ ਆ ਰਿਹਾ ਸੀ 38 ਸਾਲ ਹੋ ਗਏ ਧਰਨ ਤੁਰਿਆ ਨੂੰ ਲੋਕਾਂ ਨੂੰ ਹੁਣ ਆ ਕੇ ਸਮਝ ਆਈ ਹੈ ਕੋਈ ਗੱਲ ਸੱਚਾ ਕੌਣਾ ਹੈ ਖਰਾ ਕੌਣਾ ਹੈ ਕਿਰੀ ਗੱਲ ਕੀ ਹੈ ਇਹ ਸਮਝ ਆਈ ਹੈ ਹੁਣ ਕੋਈ ਐਸੀ ਪ੍ਰਾਊਡ ਵਾਲੀ ਗੱਲ ਨਹੀਂ ਚੱਲ ਇਹਨਾਂ ਦਾ ਚਾਹ ਵੈਸੇ ਮੈਨੂੰ ਇਹਦੇ ਵਾਸਤੇ ਕੋਈ ਐ ਹੋਵੇ ਵੀ ਮੈਨੂੰ ਬਹੁਤ ਪ੍ਰਾਊਡ ਆ ਜੇ ਮੇਰੇ ਧਰਤੀ ਦੀ ਪੈਰਾਂ ਦੀ ਮਿੱਟੀ ਖਿਸਕੀ ਹੈ ਤਾਂ ਮੈਂ ਧਰਤੀ ਤੇ ਚੱਲਣੋਂ ਹਟ ਗਿਆ ਕੋਈ ਮੈਨੂੰ ਇਸ ਤਰ੍ਹਾਂ ਦਾ ਨਹੀਂ ਮਹਿਸੂਸ ਹੁੰਦਾ ਚੱਲ ਇਹ ਮੈਨੂੰ ਸਗੋਂ ਇਹ ਲੱਗਦਾ ਚੰਬਾ ਲੱਗਦਾ ਬੱਦ ਲੱਗਦਾ ਇਹ ਘਟਣਾ ਚਾਹੀਦੀ ਹੈ ਤੇ ਤੁਹਾਡੇ ਤੋਂ ਵੀ ਪੁੱਛਦਿਆਂ ਮੇਰਾ ਇਹੀ ਸਵਾਲ ਤੁਹਾਡੇ ਤੋਂ ਵੀ ਹੈ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ ਕਿ ਜਿਸ ਵਕ ਤੁਸੀਂ ਦੇਖਦੇ ਹੋ ਕਿ ਤੁਹਾਡੇ ਫਾਦਰ ਸਾਹਿਬ ਦੇ ਨਾਲ ਲੋਕ ਫੋਟੋਆਂ ਖਿਚਵਾਣ ਆਉਂਦੇ ਨੇ ਔਰ ਉਹਨੂੰ ਪੋਸਟ ਕਰਦੇ ਨੇ ਬਹੁਤ ਪ੍ਰਾਊਡਲੀ ਕਹਿੰਦੇ ਨੇ ਕਿ #photograph with joginder singh ograha ji ਵਧੀਆ ਲੱਗਦਾ ਹੈ ਬਹੁਤ ਮਾਣ ਮਹਿਸੂਸ ਹੁੰਦਾ ਦੇਖ ਕੇ ਇਹ ਲੋਕਾਂ ਦਾ ਪਿਆਰ ਹੈ ਜਿਹੜਾ ਲੋਕ ਇੰਨਾ ਚਾਹੁੰਦੇ ਨੇਗੇ ਲੋਕਾਂ ਨੂੰ ਪਿਆਰ ਹੈ ਇਹ ਲੋਕਾਂ ਨਾਲ ਨਾ ਜਦੇ ਸਾਨੂੰ ਵਧੀਆ ਲੱਗਦਾ ਬਹੁਤ ਤੇ ਜਿਹੜਾ ਇਸ ਕਿਸਾਨੀ ਅੰਦੋਲਨ ਉੱਤੇ ਚੱਲ ਰਿਹਾ ਹੈ ਤੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਤੁਹਾਡਾ ਕੋਈ ਮੈਸੇਜ ਉਹਨਾਂ ਵਾਸਤੇ ਮੈਸੇਜ ਤਾਂ ਇਹ ਹੀ ਹੈ ਵੀ ਜਿੱਤ ਕੇ ਮੁੜਿਓ ਤੇ ਵੀ ਨਾਲ ਹੀ ਮੁੜਨਾ ਹੈਗਾ ਜੀ ਬੈਠੇ ਰਹੋ ਬਸ ਤੇ ਇਹ ਸੀਗਾ ਜੋਗਿੰਦਰ ਸਿੰਘ ਉਗਰਾਹਾ ਜੀ ਦਾ ਪਰਿਵਾਰ ਜਿੰਨਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਈ ਸਾਰਿਆਂ ਨਾਲ ਜਾਣੂ ਕਰਵਾਇਆ ਕਿਹੋ ਜਿਹਾ ਸਭਾਰਕ ਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਵਾਈ ਕਿ ਕਿਸ ਤਰੀਕੇ ਨਾਲ ਜੋਗਿੰਦਰ ਸਿੰਘ ਉਗਰਾਹਾ ਜੀ ਇਸ ਘਰ ਦੇ ਵਿੱਚ ਆਪਣਾ ਸਮਾਂ ਬਤੀਤ ਕਰਨਾ ਪਸੰਦ ਕਰਦੇ ਨੇ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਰਹਿਣਾ ਪਸੰਦ ਹੈ اسی ਤਰੀਕੇ ਨਾਲ ਤੁਹਾਨੂੰ ਹੋਰ ਬਹੁਤ ਸਾਰੀ ਸਟੋਰੀਜ਼ ਦਿਖਾਉਂਦੇ ਰਵਾਂਗੇ ਬਹੁਤ ਸਾਰੇ ਲੋਕਾਂ ਨਾਲ ਮਿਲਵਾਂਦੇ ਰਵਾਂਗੇ ਤਦ ਤੱਕ ਲਈ ਦੇਖਦੇ ਰਹੋ ਦੇਸ਼ ਪ੍ਰਦੇਸ਼ ਟੀਵੀ ਕੈਮਰਾਮੈਨ ਰਾਜੇਸ਼ ਦੇ ਨਾਲ ਅਨੂਜਾ ਸ਼ਰਮਾ ਦੇਸ਼ ਪ੍ਰਦੇਸ਼ ਟੀਵੀ ਉਗਰਾਹਾ